ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਸ ਗੁਰ ਕੋ ਹਉ ਵਾਰਿਆ ਤਿਸ ਗੁਰ ਕੋ ਹਉ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ ਤਿਸ ਗੁਰ ਕੋ ਸਦ ਬਲਿਹਾਰਣੇ ਜਿਨ ਹਰ ਸੇਵਾ ਬਣਤ ਬਣਾਈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਛਡਾਈ ਤਿਸ ਗੁਰ ਕੋ ਸ਼ਾਬਾਸ਼ ਹੈ ਜਿਨ ਹਰ ਸੋਝੀ ਪਾਈ ਨਾਨਕ ਗੁਰ ਵਿਟੋਂ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ ਤੇਰਾ ਅੰਤ ਨਾ ਜਾਈ ਲਖਿਆ ਤੇਰਾ ਅੰਤ ਨਾ ਜਾਈ ਲਖਿਆ ਅਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕਉ ਸਤਿਗੁਰ ਮਿਲਿਆ ਤਿੰਨ ਕਾ ਲੇਖਾ ਨਿਬੜਿਆ ਨਾਨਕ ਜਿਨ ਕਉ ਸਤਿਗੁਰ ਮਿਲਿਆ ਤਿੰਨ ਕਾ ਲੇਖਾ ਨਿਬੜਿਆ ਨਿਮਾਣਿਆਂ ਦੇ ਮਾਣ ਸਤਿਗੁਰੂ ਨਤਾਣਿਆਂ ਦੇ ਤਾਣ ਸਰਬ ਸਾਂਝੀਵਾਲਤਾ ਦੇ ਰਹਿਬਰ ਸਾਰੇ ਦੇ ਸਾਰੇ ਵਿਸ਼ਵ ਦੀ ਇੱਕੋ ਇੱਕ ਆਸ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਐਸੇ ਦੀਨਦਿਆਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਹਿਨਸ਼ਾਹ ਦਾਤੇ ਦੀ ਨਿਰਮਲ ਹਜ਼ੂਰੀ ਚ ਸੁਭਾਹਿਮਾਨ ਸਨਮਾਨਯੋਗ ਗੁਰੂ ਸਵਾਰੇ ਸਤਸੰਗੀ ਜਨੋ ਗੁਰਮਤ ਵਿਚਾਰਾਂ ਤੋਂ ਪਹਿਲਾਂ ਪਿਆਰ ਸਹਿਤ ਸਾਰੀ ਸੰਗਤ ਨੂੰ ਬੇਨਤੀ ਕਰਾਂ ਜਿਤਨੇ ਸਮੇਂ ਵਾਸਤੇ ਵੀ ਬੈਠਣਾ ਹੈ ਯਤਨ ਕਰਿਓ ਵੀ ਮਨ ਹਿਰਦਾ ਸੁਰਤ ਬਿਰਤੀ ਟਿਕੀ ਹੋਈ ਜਿੱਥੇ ਸਰੀਰ ਕਰਕੇ ਗੁਰੂ ਦੀ ਗੋਦ ਵਿੱਚ ਬੈਠੇ ਹਾਂ ਉੱਥੇ ਸੁਰਤ ਬਿਰਤੀ ਕਰਕੇ ਵੀ ਬਹਿ ਸਕੀਏ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਤੇ ਤਰੀਕਾ ਕਿਹੜਾ ਦੱਸਿਆ ਵੀ ਕਰਨੀ ਕਿੱਦਾਂ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਦੋ ਬਾਤਾਂ ਇੱਕ ਸਾਵਧਾਨਤਾ ਇੱਕ ਇਕਾਗਰਤਾ ਸਰੀਰ ਕਰਕੇ ਸਾਵਧਾਨਤਾ ਬਖਸ਼ਿਓ ਚਿੱਤ ਬਿਰਤੀ ਕਰਕੇ ਇਕਾਗਰਤਾ ਆਓ ਸਾਰੀ ਸੰਗਤ ਮਨ ਬਿਰਤੀ ਟਿਕਾਓ ਮਿਲ ਕੇ ਗੁਰ ਫਤਿਹ ਦੀ ਸਾਂਝ ਪਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਮਿਹਰਮਤ ਹੋਈ ਹੈ ਇਹ ਜਿਹੜਾ ਸਮਾਗਮ ਹਰ ਸਾਲ ਤੁਸੀਂ ਕਰਵਾਉਂਦੇ ਹੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਅਰਥਾਤ ਉਹਨਾਂ ਦੇ ਜੀਵਨ ਨੂੰ ਸਮਰਪਿਤ ਹੈ ਦਾਸ ਤੋਂ ਪਹਿਲਾਂ ਜਿੱਥੇ ਹੋਰ ਵੱਖ ਵੱਖ ਵਿਦਵਾਨ ਜਨਾਂ ਪਾਸੋਂ ਆਪ ਸਾਰੀਆਂ ਸੰਗਤਾਂ ਨੇ ਲਾਹਾ ਲਿਆ ਹੁਣੇ ਹੁਣੇ ਸਨਮਾਨਯੋਗ ਬਾਬਾ ਪ੍ਰਤਾਪ ਸਿੰਘ ਜੀ ਹਰੀ ਆਪਣੇ ਜਥੇ ਸਮੇਤ ਆਪ ਸਾਰੀਆਂ ਸੰਗਤਾਂ ਨੂੰ ਹਰ ਕੀਆਂ ਕਥਾ ਕਹਾਣੀਆਂ ਗੁਰੂ ਦੀਆਂ ਕਥਾ ਕਹਾਣੀਆਂ
ਦਸ਼ਮੇਸ਼ ਪਿਤਾ ਦੀਆਂ ਬਾਤਾਂ ਬੜੇ ਪਿਆਰੇ ਲਫ਼ਜ਼ਾਂ ਵਿੱਚ ਸਰਵਣ ਕਰਵਾਈਆਂ, ਤੁਸੀਂ ਸਾਰਿਆਂ ਨੇ ਲਾਹਾ ਲਿਆ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਪਾਵਨ ਦੋ ਪੰਕਤੀਆਂ ਰਾਗ ਗੌੜੀ ਚ, ਉਹ ਦੋ ਮੈਂ ਤੁਹਾਨੂੰ ਸੁਣਾਉਣੀਆਂ। ਇਸੇ ਵਿਸ਼ੇ ਵਿੱਚ ਹੀ ਮੈਂ 2:30 ਵਜੇ ਤੱਕ ਤੁਹਾਡੇ ਸਨਮੁਖ ਰਹਿਣਾ। ਸਤਿਗੁਰ ਦੇ ਗੁਣ ਬੇਅੰਤ ਆ, ਜਿੰਨੇ ਗੁਣ ਰੱਬ ਦੇ ਆ ਓਨੇ ਗੁਣ ਸਤਿਗੁਰ ਦੇ ਆ, ਇਹ ਚੇਤੇ ਰੱਖਿਆ। ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਪਰ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਰਾਗ ਗੌੜੀ ਚ ਤਿੰਨ ਬੜੇ ਪਿਆਰੇ ਗੁਣ ਸਤਿਗੁਰ ਦੇ ਵਿੱਚ ਦੱਸੇ। ਇੱਕ ਗੱਲ ਚੇਤੇ ਰੱਖਿਓ, ਹੈ ਸਤਿਗੁਰੂ ਰੱਬ ਰੂਪ, ਗੁਰ ਕੀ ਮਹਿਮਾ ਕਿਆ ਕਹੋ, ਗੁਰ ਵਿਵੇਕ ਸਤ ਸਰ, ਉਹ ਆਦ ਜੁਗਾਦੀ ਜੁਗੈ ਜੁਗ ਪੂਰਾ ਪਰਮੇਸ਼ਰ। ਇਸ ਕਰਕੇ ਪਹਿਲਾਂ ਬੇਨਤੀ ਕਰ ਰਿਹਾ ਤਾਂ ਕਿ ਤਰਕ ਪੈਦਾ ਨਾ ਹੋਏ ਵੀ ਗੁਰੂ ਚ ਇਹੀ ਤਿੰਨ ਗੁਣ ਵਾ ਸਿਰਫ, ਨਹੀਂ, ਸਤਿਗੁਰੂ ਰੱਬੀ ਨੂਰ ਵਾ। ਮੇਰੇ ਦਾਤੇ ਨੇ ਬਚਨ ਬਾਣੀ ਚ ਆਖਿਆ ਗੁਰੂ ਰਾਮਦਾਸ ਪਿਤਾ ਨੇ, ਪਹਿਲਾ ਗੁਣ ਜਿਸ ਮਿਲੇ ਮਨ ਹੋਏ ਆਨੰਦ। ਸੋ ਸਤਿਗੁਰ ਕਹੀਏ ਜਿਸ ਮਿਲਿਆ, ਅਜੇ ਕਮਾਈ ਨਹੀਂ ਗੀ ਕੀਤੀ ਉਹਨੇ ਕੋਈ, ਅਜੇ ਆਇਆ ਵਾ ਗੁਰੂ ਕੋਲ, ਸੈਦ ਖਾਂ ਆਇਆ ਹੀ ਆ, ਉਹਨੇ ਕੋਈ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ। ਤੇ ਉਹ ਜਿਹੜਾ ਸੈਦ ਖਾਂ ਵਾ ਨਾ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸੀਸ ਲਾਉਣ ਵਾਸਤੇ ਆਇਆ ਵਾ ਦਿੱਲੀਓਂ, ਔਰੰਗਜ਼ੇਬ ਦੀ ਸਭਾ ਚ ਉਹ ਵਾਅਦਾ ਕਰਕੇ ਆਇਆ ਵੀ ਜਾਂ ਗੁਰੂ ਗੋਬਿੰਦ ਸਿੰਘ ਨੂੰ ਮੈਂ ਜਿਉਂਦਾ ਫੜ ਕੇ ਲਿਆਊਂਗਾ, ਤੇ ਜਾਂ ਗੁਰੂ ਗੋਬਿੰਦ ਸਿੰਘ ਦਾ ਸਿਰ ਲਾ ਕੇ ਔਰੰਗਜ਼ੇਬ ਤੇਰੀ ਸਭਾ ਚ ਪੇਸ਼ ਕਰੂੰਗਾ। ਪਰ ਜਦੋਂ ਸਾਹਮਣੇ ਆਇਆ, ਜਦੋਂ ਕਲਗੀਧਰ ਪਾਤਸ਼ਾਹ ਦੇ ਸਨਮੁਖ ਆਇਆ ਉਹ ਪਠਾਨ ਸੈਦ ਖਾਂ, ਬਚਨ ਸੁਣੀ ਜਾਇਓ, ਪੰਕਤੀਆਂ ਆਪ ਨਾਲ ਸਾਂਝੀਆਂ ਕਰ ਦਵਾਂ। ਜਿਸ ਮਿਲੇ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਦੂਜੀ ਬਾਤ ਆਖੀ ਮਨ ਕੀ ਦੁਬਧਾ ਬਿਨ ਸਜਾਏ, ਤੇ ਤੀਜਾ ਬਚਨ ਆਖਿਆ ਹਰ ਪਰਮ ਪਦ ਲਈਐ, ਜਿਸ ਨੂੰ ਮਿਲਣ ਨਾਲ ਮਨ ਹਿਰਦਾ ਆਨੰਦਿਤ ਹੋ ਜਾਏ। ਕੱਲਾ ਕੰਨਾਂ ਨਾਲ ਸੁਣਿਆ ਤੇ ਜ਼ਬਾਨ ਨਾਲ ਬੋਲਿਆ ਆਨੰਦੀ ਨਹੀਂ ਜ਼ਿੰਦਗੀ ਚ, ਯਾਦ ਰੱਖਿਓ। ਇੱਥੇ ਗੁਰੂ ਰਾਮਦਾਸ ਪਿਤਾ ਨੇ ਬਚਨ ਵਰਤਿਆ ਮਨ, ਜਿਸ ਮਿਲਿਆ ਮਨ ਹੋਏ ਆਨੰਦ, ਮਨ ਆਨੰਦਿਤ ਹੋ ਜਾਏ। ਅੱਜ ਕਿਸੇ ਬੰਦੇ ਨੂੰ ਪੁੱਛੀਏ ਨਾ, ਸੁਣਾ ਕੀ ਹਾਲ ਹੀ, ਕਹਿੰਦਾ ਬੜਾ ਆਨੰਦ ਵਾ, ਤੇ 15-20 ਦਿਨਾਂ ਬਾਅਦ ਉਹੀ ਉਹ ਬੰਦਾ ਆਪਾਂ ਨੂੰ ਫਿਰ ਮਿਲੇ ਤੇ ਪੁੱਛੀਏ ਸੁਣਾ ਕੀ ਹਾਲ ਆ, ਕਹਿੰਦਾ ਮੇਰਾ ਤੇ ਬੜਾ ਬੁਰਾ ਹਾਲ, ਮੇਰਾ ਤੇ ਬੁਖਾਰ ਨਹੀਂ ਲੱਗਦਾ। ਜਿਹੜਾ 15-20 ਦਿਨ ਪਹਿਲਾਂ ਆਨੰਦ ਸੀ ਕਿੱਥੇ ਗਿਆ, ਉਹ ਮੁੱਕ ਗਿਆ ਨਾ, ਉਹ ਸਰੀਰਕ ਤੌਰ ਤੇ ਆਨੰਦ ਸੀ ਤੇਰੇ ਕੋਲ, ਉਹ ਕਾਇਆ ਕਰਕੇ ਚਾਰ ਟਕਿਆਂ ਕਰਕੇ ਤੇਰੇ ਕੋਲ ਆਨੰਦ ਸੀ, ਸਰੀਰ ਕਰਕੇ ਤੰਦਰੁਸਤੀ ਸੀ ਤੇ ਆਨੰਦ ਸੀ। ਮਹਾਰਾਜ ਕਹਿੰਦੇ ਜਿਸ ਮਿਲਿਆ ਮਨ ਹੋਏ ਆਨੰਦ, ਜਿਸ ਨੂੰ ਮਿਲ ਕੇ ਜਿਸ ਦਾ ਦਰਸ਼ਨ ਦੀਦਾਰ ਕਰਨ ਨਾਲ ਮਨ ਹਿਰਦਾ ਆਨੰਦਿਤ ਹੋ ਜਾਏ। ਭਾਈ ਸਾਹਿਬ, ਭਾਈ ਤਾਰੂ ਸਿੰਘ ਆਪਣੇ ਪਿੰਡ ਪੂਲੇ ਸੰਗਤਾਂ ਨੂੰ ਲੰਗਰ ਛਕਾਵੇ ਤੇ ਕੋਈ ਪੁੱਛੇ ਸੁਣਾ ਭਾਈ ਤਾਰੂ ਸਿੰਘ ਕੀ ਹਾਲ ਆ, ਕਹਿੰਦਾ ਬੜਾ ਆਨੰਦ ਵਾ। ਕਿਤੇ ਜੰਗਲ ਵੇਲੇ ਚ ਪਤਾ ਲੱਗੇ ਸਿੱਖ ਆਇਆ, ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਉੱਥੇ ਲੰਗਰ ਤਿਆਰ ਕਰਕੇ ਲੈ ਜਾਵੇ, ਉਹ ਗੁਰੂ ਕੇ ਖਾਲਸੇ ਪੁੱਛਣ ਸੁਣਾ ਭਾਈ ਤਾਰੂ ਸਿੰਘ ਕੀ ਹਾਲ ਆ, ਕਹਿੰਦਾ ਬੜਾ ਆਨੰਦ ਵਾ। ਕਿਤੇ ਪਿੰਡ ਵਾਲਾ ਕੋਈ ਪੁੱਛ ਲੈ ਸੁਣਾ ਤਾਰੂ ਸਿੰਘ ਕੀ ਹਾਲ ਆ, ਕਹਿੰਦਾ ਭਾਈ ਸਾਹਿਬ ਜੀ, ਗੁਰਮੁਖੋ, ਭੈਣੇ, ਵੀਰਾ, ਬੜਾ ਆਨੰਦ ਵਾ। ਇੱਕ ਦਿਨ ਆਇਆ ਲਾਹੌਰ ਦੀ ਧਰਤੀ ਤੇ ਸੀਸ ਤੋਂ ਖੋਪੜੀ ਲੱਥੀ ਆ, ਸਾਹਮਣੇ ਜ਼ਕਰੀਆ ਖਾਨ ਕੁਰਸੀ ਡਾਹ ਕੇ ਬੈਠਾ, ਜਲਾਦ ਦੇ ਖੱਬੇ ਹੱਥ ਵਿੱਚ ਭਾਈ ਤਾਰੂ ਸਿੰਘ ਦੀ ਖੋਪੜੀ ਆ ਲੱਥੀ ਹੋਈ, ਲਹੂ ਲੁਹਾਨ ਆ, ਤੇ ਸੱਜੇ ਹੱਥ ਚ ਅਜੇ ਵੀ ਮੋਚੀ ਵਾਲੀ ਰੰਬੀ ਜਲਾਦ ਨੇ ਫੜੀ ਆ। ਤੇ ਭਾਈ ਤਾਰੂ ਸਿੰਘ ਨੂੰ ਸਾਹਮਣੇ ਬੈਠਾ ਕੁਰਸੀ ਦੇ ਉੱਤੇ ਜਲਾਦ ਕਹਿੰਦਾ ਸੁਣਾ ਤਾਰੂ ਸਿੰਘ ਕੀ ਹਾਲ ਆ, ਕਹਿੰਦਾ ਬੜਾ ਆਨੰਦ ਵਾ। ਕਿਹੜਾ ਆਨੰਦ ਵਾ ਜਿਹੜਾ ਭਾਈ ਤਾਰੂ ਸਿੰਘ ਦੇ ਕੋਲ, ਕਿਹੜਾ ਆਨੰਦ ਵਾ ਜਿਹੜਾ ਸਿਰ ਆਓ ਪਿਆ ਵਾ ਤੇ ਖੱਬੇ ਹੱਥ ਦੀ ਤਲੀ ਦੇ ਉੱਤੇ ਰੱਖ ਕੇ ਕੋਈ ਪੁੱਛੇ ਸੁਣਾ ਬਾਬਾ ਦੀਪ ਸਿੰਘ ਹੁਣ ਕੀ ਹਾਲ ਆ, ਕਹਿੰਦਾ ਬੜਾ ਆਨੰਦ ਵਾ। ਕਿੱਥੋਂ ਮਿਲਿਆ ਉਹ, ਕਿੱਥੋਂ ਆਇਆ ਉਹ ਆਨੰਦ? ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਜਿਹੜਾ ਸਤਿਗੁਰ ਦੇ ਕੋਲ ਆ ਕੇ ਆਨੰਦ ਆਇਆ, ਜਿਹੜਾ ਸਤਿਗੁਰ ਦੇ ਮਿਲਾਪ ਨਾਲ ਆਨੰਦ ਆਇਆ, ਤੇ ਜਿਹੜਾ ਤੈਨੂੰ ਆਨੰਦ ਬਖਸ਼ ਦੇਵੇ, ਜਿਹੜਾ ਆਨੰਦ ਤੇਰੇ ਕੋਲੋਂ ਜ਼ਿੰਦਗੀ ਚ ਕੋਈ ਖੋਹ ਨਾ ਸਕੇ,
ਕਿਸੇ ਨਾਲ ਸ਼ੇਅਰ ਨਾ ਕਰਨਾ ਪਵੇ ਤੈਨੂੰ ਵੀ ਮੇਰੇ ਕੋਲ ਤੂੰ ਲੱਲਾ ਉਹਨੂੰ ਕਹਿੰਦੇ ਆਨੰਦ ਇੱਕ ਬਾਤ ਆਖਾਂ ਥੋੜੀ ਜਿਹੀ ਬਰੀਕੀ ਦੀ ਜੇ ਤੁਸੀਂ ਵਿਦਵਾਨ ਜਨ ਸਿਆਣੇ ਪੜ੍ਹੇ ਲਿਖੇ ਬੈਠੇ ਹੋ ਪੰਜਾਬੀ ਦੀ ਭਾਸ਼ਾ ਚ ਸਾਰਾ ਕੁਝ ਕਿਤਾਬਾਂ ਚੋਂ ਨਹੀਂ ਗਾ ਮਿਲਦਾ ਹੁੰਦਾ ਬੜਾ ਕੁਝ ਇਹੋ ਜਿਹਾ ਵਾ ਜਿਹੜਾ ਬਜ਼ੁਰਗਾਂ ਦੀ ਸੰਗਤ ਚ ਬਹਿ ਕੇ ਵੀ ਮਿਲਦਾ ਬੜਾ ਕੁਝ ਇਹੋ ਜਿਹਾ ਵਾ ਜਿਹੜਾ ਜੁੜਿਆ ਹੋਇਆਂ ਦੀ ਸੰਗਤ ਚ ਬਹਿ ਕੇ ਵੀ ਮਿਲਦਾ ਤੇ ਬੜਾ ਕੁਝ ਐਸਾ ਜਿਹੜਾ ਵਿਦਵਾਨਾਂ ਦੀ ਸੰਗਤ ਚ ਬਹਿ ਕੇ ਵੀ ਮਿਲਦਾ ਆ ਬੇਨਤੀ ਸੁਣਿਓ ਜਿਹੜਾ ਆਨੰਦ ਲਫ਼ਜ਼ ਵਾ ਨਾ ਜੀ ਆਨੰਦ ਸ਼ਬਦ ਪੰਜਾਬੀ ਦੇ ਜਿੰਨੇ ਆਪਾਂ ਵਧੀਆ ਤੋਂ ਵਧੀਆ ਲਫ਼ਜ਼ ਵਰਤਨੇ ਆ ਜੀ ਉਸ ਲਫ਼ਜ਼ ਦਾ ਕੋਈ ਨਾ ਕੋਈ ਵਿਰੋਧੀ ਸ਼ਬਦ ਵਿਰੋਧੀ ਉਹਦੇ ਆਪੋਜ਼ਿਟ ਜਿਵੇਂ ਅੱਜ ਕਿਸੇ ਬੰਦੇ ਦੇ ਕੋਲ ਸੁੱਖ ਵਾ ਤੇ ਜ਼ਰੂਰੀ ਤੇ ਨਹੀਂ ਸਾਰੀ ਜ਼ਿੰਦਗੀ ਸੁਖੀ ਰਵੇ ਕੱਲ ਨੂੰ ਕੀ ਆ ਸਕਦਾ ਦੁੱਖ ਸੁੱਖ ਦਾ ਵਿਰੋਧੀ ਸ਼ਬਦ ਕੀ ਆ ਦੁੱਖ ਅੱਜ ਕੋਈ ਬੰਦਾ ਬੜਾ ਅਮੀਰ ਆ ਕੱਲ ਨੂੰ ਕੀ ਹੋ ਸਕਦਾ ਗਰੀਬ ਅੱਜ ਕੋਈ ਬੰਦਾ ਬੜਾ ਉੱਚਾ ਕੱਲ ਨੂੰ ਨੀਵਾਂ ਵੀ ਜਾ ਸਕਦਾ ਔਰ ਮਾਫ਼ ਕਰਿਓ ਅੱਜ ਕਿਸੇ ਬੰਦੇ ਨੂੰ ਆਖੀਏ ਉਹਦਾ ਜੀਵਨ ਬੜਾ ਪਵਿੱਤਰ ਆ ਤੇ ਪਵਿੱਤਰ ਨੂੰ ਲਾ ਦੋ ਐੜਾ ਹੁਣ ਕੀ ਬਣ ਗਿਆ ਅਪਵਿੱਤਰ ਗੰਦਾ ਮੈਲਾ ਇਹਦਾ ਭਾਵ ਪੰਜਾਬੀ ਦੇ ਬੜੇ ਬੜੇ ਲਫ਼ਜ਼ ਵਾ ਜਿਨ੍ਹਾਂ ਦੇ ਵਿਰੋਧੀ ਸ਼ਬਦ ਵਾ ਜ਼ਿੰਦਗੀ 'ਚ ਯਾਦ ਰੱਖਿਓ ਆਨੰਦ ਇੱਕ ਐਸਾ ਸ਼ਬਦ ਵਾ ਆਨੰਦ ਇੱਕ ਐਸਾ ਲਫ਼ਜ਼ ਵਾ ਪੰਜਾਬੀ ਦੀ ਡਿਕਸ਼ਨਰੀ 'ਚ ਇਹਦਾ ਵਿਰੋਧੀ ਸ਼ਬਦ ਨਹੀਂ ਹੈ ਮੈਂ ਨਹੀਂ ਪੜ੍ਹਿਆ ਜਿੱਥੋਂ ਤੱਕ ਮੈਨੂੰ ਪਤਾ ਇਹਦਾ ਵਿਰੋਧੀ ਲਫ਼ਜ਼ ਨਹੀਂ ਹੈਗਾ ਕੋਈ ਵੀ ਆਨੰਦ ਦਾ ਇਹਨੂੰ ਪਹਿਲਾਂ ਹੀ ਐੜਾ ਲੱਗਾ ਵਾ ਆਖੋ ਸਤਨਾਮ ਸ਼੍ਰੀ ਇਹਦਾ ਮਤਲਬ ਕਿਉਂ ਬੇਨਤੀ ਕਰ ਰਿਹਾ ਭਲਾ ਜਿਹੜਾ ਸਤਿਗੁਰ ਦੇ ਕੋਲ ਆਣ ਕੇ ਗੁਰੂ ਦੇ ਮਿਲਾਪ ਤੋਂ ਬਾਅਦ ਤੁਹਾਨੂੰ ਜ਼ਿੰਦਗੀ 'ਚ ਆਨੰਦ ਮਿਲਦਾ ਵਾ ਇੱਕ ਵਾਰੀ ਆਨੰਦ ਵਾਲੀ ਅਵਸਥਾ 'ਚ ਚਲੇ ਗਏ ਤੂੰ ਪਰਤ ਕੇ ਵਾਪਸ ਨਹੀਂ ਆ ਸਕਦਾ ਸਦੀਵੀ ਮਿਲਦਾ ਕਦੋਂ ਸਭ ਤੋਂ ਵੱਧ ਸਿੱਖ ਧਰਮ ਵਿੱਚ ਪੜ੍ਹੀ ਜਾਣ ਵਾਲੀ ਬਾਣੀ ਆਨੰਦ ਸਾਹਿਬ ਯਾਦ ਰੱਖਿਓ ਸਿੱਖ ਧਰਮ ਵਿੱਚ ਸਿੱਖ ਕੌਮ ਵਿੱਚ ਖਾਲਸਾ ਪੰਥ ਵਿੱਚ ਜਿਹੜੀ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਹੈ ਜਿਹੜੀ ਸਭ ਤੋਂ ਜ਼ਿਆਦਾ ਬਾਣੀ ਪੜ੍ਹੀ ਜਾਂਦੀ ਹੈ ਉਹ ਆਨੰਦ ਸਾਹਿਬ ਵਾ ਭਾਵੇਂ ਉਹਦੀਆਂ 6 ਪੌੜੀਆਂ ਹੀ ਆ ਸਵੇਰੇ ਨਿਤਨੇਮ ਕਰਦੇ ਜੇ 5 ਬਾਣੀਆਂ ਦਾ ਤਾਂ ਵੀ ਪੜ੍ਹਦੇ ਜੇ ਆਨੰਦ ਭਇਆ ਮੇਰੀ ਮਾਏ ਸ਼ਾਮ ਨੂੰ ਰਹਿ ਰਾਸ ਦਾ ਪਾਠ ਕਰਦੇ ਜੇ ਆਉਂਦੀਆਂ 6 ਪੌੜੀਆਂ ਆਨੰਦ ਭਇਆ ਮੇਰੀ ਮਾਏ ਅਖੰਡ ਪਾਠ ਸਾਹਿਬ ਰਖਾਇਆ ਅਖੰਡ ਪਾਠ ਸਾਹਿਬ ਦਾ ਪਿਆ ਭੋਗ ਕੀ ਪੜ੍ਹਿਆ ਮਗਰੋਂ ਆਨੰਦ ਭਇਆ ਮੇਰੀ ਮਾਏ ਸਹਿਜ ਪਾਠ ਰੱਖਿਆ ਪਿਆ ਭੋਗ ਆਨੰਦ ਭਇਆ ਮੇਰੀ ਆਨੰਦ ਕਾਰਜ ਹੋਇਆ ਕਿਸੇ ਦਾ ਵਿਆਹ ਬੱਚੇ ਬੱਚੀ ਦੀਆਂ ਲਾਵਾਂ ਹੋਈਆਂ ਲਾਵਾਂ ਪੜ੍ਹੀਆਂ ਗਈਆਂ ਹੁਣ ਅਰਦਾਸ ਕਰਨੀ ਆ ਕੀ ਪੜ੍ਹਦੇ ਜੇ ਆਨੰਦ ਭਇਆ ਮੇਰੀ ਮਾਏ ਆ ਹੁਣੇ ਸਮਾਪਤੀ ਹੋਊਗੀ ਜਦੋਂ 10 ਤੋਂ ਬਾਅਦ ਜਦੋਂ ਵੀ ਸ਼ਾਮ ਤੱਕ ਤੁਸੀਂ ਸਮਾਪਤੀ ਕਰਨੀ ਆ ਤੇ ਜਥਾ ਪੁੱਛੂਗਾ ਭਾਈ ਸਾਹਿਬ ਪੁੱਛਣਗੇ ਹਾਂਜੀ ਹੁਣ ਕੀ ਹੁਕਮ ਆ ਕਹਿੰਦੇ ਆਨੰਦ ਸਾਹਿਬ ਪੜੋ ਜੀ ਆਨੰਦ ਭਇਆ ਮੇਰੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਬਾਣੀ ਆਨੰਦ ਸਾਹਿਬ ਆ ਸਿੱਖ ਦੇ ਜੀਵਨ 'ਚ ਪਰ ਯਾਦ ਰੱਖਿਓ ਇਹਦਾ ਆਰੰਭ ਹੁੰਦਾ ਆਨੰਦ ਭਇਆ ਮੇਰੀ ਮਾਏ ਮੇਰੀ ਇਹ ਮਾਂ ਮੇਰੀ ਜ਼ਿੰਦਗੀ ਵਿੱਚ ਆਨੰਦ ਭਇਆ ਮੈਨੂੰ ਆਨੰਦ ਆ ਗਿਆ ਵਾ ਕਦੋਂ ਸਤਿਗੁਰੂ ਮੈਂ ਪਾਇਆ ਇੱਥੇ ਇਕੱਲਾ ਇਹ ਨਹੀਂ ਆਖਿਆ ਸਤਿਗੁਰੂ ਮੈਂ ਵੇਖਿਆ ਇੱਥੇ ਇਹ ਨਹੀਂ ਆਖਿਆ ਮੈਂ ਸਤਿਗੁਰ ਦੀਆਂ ਪਰਿਕਰਮਾ ਕੀਤੀਆਂ ਤੇ ਆਨੰਦ ਭਇਆ ਇੱਥੇ ਇਹ ਨਹੀਂ ਆਇਆ ਵੀ ਮੈਂ ਆਟੇ ਦੀ ਬੋਰੀ ਲਿਆ ਕੇ ਗੁਰੂ ਦੇ ਅੱਗੇ ਰੱਖ ਦਿੱਤੀ ਤੇ ਆਨੰਦ ਭਇਆ ਮੈਂ ਸੋਨੇ ਦੀਆਂ ਮੋਹਰਾਂ ਗੁਰੂ ਦੇ ਅੱਗੇ ਲਿਆ ਕੇ ਭੇਟਾ ਕਰਤੀਆਂ ਤੇ ਮੈਨੂੰ ਆਨੰਦ ਭਇਆ ਨਾ ਆਨੰਦ ਭਇਆ ਮੇਰੀ ਮਾਏ ਮੇਰੀ ਇਹ ਮਾਂ ਮੈਨੂੰ ਆਨੰਦ ਆ ਗਿਆ ਕਦੋਂ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਜਿੱਦਣ ਦਾ ਮੈਂ ਸਤਿਗੁਰ ਸਹੀ ਅਰਥਾਂ 'ਚ ਪ੍ਰਾਪਤ ਕਰ ਲਿਆ ਵਾ ਮਿਲ ਪਿਆ ਵਾ ਮੈਨੂੰ ਕਿੱਦਾਂ ਦਾ ਮਿਲਿਆ 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 ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰ ਆਤਮਾ ਜੋ ਮਿਲੇ ਮਿਲਿਆ ਕਹੀਏ ਸੋਏ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹੋ ਨਾ 7ਵੀਂ ਪੌੜੀ ਪੜ੍ਹਿਆ ਜੇ ਆਨੰਦ ਸਾਹਿਬ ਗੁਰੂ ਅਮਰਦਾਸ ਪਿਤਾ ਨੇ ਸਾਡੀ ਹਾਲਤ ਵੀ ਦੱਸੀ ਤੇ ਨਾਲ ਕਹਿੰਦੇ ਆ ਤੈਨੂੰ ਦੱਸਾਂ ਆਨੰਦ ਕਿਹਨੂੰ ਕਹਿੰਦੇ ਆ ਗੁਰੂ ਅਮਰਦਾਸ ਪਿਤਾ ਕਹਿੰਦੇ ਆਨੰਦ ਆਨੰਦ ਸਭ ਕੋ ਕਹੇ ਸਾਰੇ ਕਹਿੰਦੇ ਬੜਾ ਆਨੰਦ ਵਾ ਜਿਹਨੂੰ ਪੁੱਛੀਏ ਸੁਣਾ ਕੀ ਹਾਲ ਵਾ ਕਹਿੰਦਾ ਬੜਾ ਆਨੰਦ ਵਾ ਮਹਾਰਾਜ ਕਹਿੰਦੇ ਜਿਹਨੂੰ ਤੂੰ ਆਨੰਦ ਕਹਿੰਦਾ ਵਾ ਉਹ ਨੀ ਗਾ ਆਨੰਦ ਉਹ ਗੁਰੂ ਵਾਲਾ ਆਨੰਦ ਨੀ ਗਾ ਉਹ 4 ਰੋਟੀਆਂ ਵਧੀਆ ਚੋਪੜ ਕੇ ਮਿਲ ਗਈਆਂ ਚੰਗੇ ਭੋਜਨ ਪ੍ਰਸ਼ਾਦ ਬਣੇ ਆ ਤੇ ਤੂੰ ਕਹਿੰਦਾ ਬੜਾ ਆਨੰਦ ਵਾ ਉਹ ਆਨੰਦ ਦੀ ਗੱਲ ਨੀ ਗੁਰੂ ਅਮਰਦਾਸ ਕਹਿੰਦੇ ਅਸੀਂ ਕਰ ਰਹੇ ਆਨੰਦ ਆਨੰਦ ਸਭ ਕੋ ਕਹੇ ਤੇ ਪੁੱਛਿਆ ਮਹਾਰਾਜ ਮੈਂ ਤੁਸੀਂ ਦੱਸੋ ਕਿਹੜਾ ਆਨੰਦ ਆਵੇ ਸਿੱਖ ਨੂੰ ਆਨੰਦ
ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਜਿੱਦਣ ਆ ਗੁਣ ਤੇਰੇ ਕੋ ਆ ਗਏ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਬਿਖ ਕੱਟੇ ਪਾਪ ਮੁੱਕ ਗਏ ਹੁਣ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਤੂੰ ਕਹਿੰਦਾ ਆਹ ਆਨੰਦ ਵਾ ਜਿਹੜਾ ਤੂੰ ਮਾਣੀ ਫਿਰਦਾ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਸੁਣਿਓ ਆਨੰਦ ਦੀ ਗੱਲ ਜਿਸ ਮਿਲਿਆ ਮਨ ਹੋਏ ਆਨੰਦ ਜਿਹੜਾ ਪੀਰ ਬੁੱਧੂ ਸ਼ਾਹ ਸੀ ਨਾ ਪੀਰ ਬੁੱਧੂ ਸ਼ਾਹ ਕਲਗੀਧਰ ਪਾਤਸ਼ਾਹ ਦਾ ਦਿਹਾੜਾ ਤੁਸੀਂ ਮਨਾ ਰਹੇ ਜੇ ਤਾਂ ਮੈਂ ਬੇਨਤੀ ਕਰਨ ਲੱਗਾ ਜਿਹੜਾ ਪੀਰ ਬੁੱਧੂ ਸ਼ਾਹ ਸੀ ਇਹਦੇ ਬਾਰੇ ਆਪਾਂ ਨੂੰ ਇਹ ਤੇ ਪਤਾ ਵੀ ਪੀਰ ਬੁੱਧੂ ਸ਼ਾਹ ਦੇ ਦੋ ਪੁੱਤ ਭੰਗਾਣੀ ਦੇ ਜੰਗ ਚ ਸ਼ਹੀਦ ਹੋਇਆ ਕਲਗੀਧਰ ਪਾਤਸ਼ਾਹ ਵੱਲੋਂ ਲੜੇ ਆ ਉਹਦੇ ਦੋ ਪੁੱਤ ਸ਼ਹੀਦ ਹੋਏ ਉਹਦੇ ਕਈ ਮੁਰੀਦ ਸ਼ਹੀਦ ਹੋਏ ਪੀਰ ਬੁੱਧੂ ਸ਼ਾਹ ਦੇ ਸਡੌਰੇ ਦਾ ਰਹਿਣ ਵਾਲਾ ਸੀ ਉਹਨੇ ਕਲਗੀਧਰ ਪਾਤਸ਼ਾਹ ਕੋਲੋਂ ਜੇ ਕੁਝ ਮੰਗਿਆ ਤੇ ਇਹ ਮੰਗਿਆ ਵੀ ਮਹਾਰਾਜ ਆ ਜਿਹੜਾ ਕੰਘਾ ਤੁਹਾਡੇ ਕੇਸਾਂ ਚ ਆ ਤੁਸੀਂ ਕੇਸ ਵਾਹ ਰਹੇ ਜੇ ਇਹ ਕੇਸ ਏਦਾਂ ਹੀ ਕੰਘੇ ਚ ਅੜੇ ਰਹਿਣ ਦੋ ਤੇ ਕੰਘਾ ਮੇਰੀ ਝੋਲੀ ਚ ਪਾ ਦੋ ਪਰ ਜਿਹੜੀ ਮੈਂ ਬੇਨਤੀ ਕਰਨੀ ਅਜੇ ਹੋਰ ਗਾਂ ਜੇ ਪਹਿਲੀ ਵਾਰੀ ਪੀਰ ਬੁੱਧੂ ਸ਼ਾਹ ਪਹਿਲੀ ਵਾਰੀ ਕਲਗੀਧਰ ਪਾਤਸ਼ਾਹ ਨੂੰ ਕਿੱਥੇ ਮਿਲਿਆ ਵਾ ਜਦੋਂ ਦਾ ਉਹਦਾ ਪਿਆਰ ਬਣਿਆ ਮਹਾਰਾਜ ਧਿਆਨ ਇਕਾਗਰਤਾ ਬਖਸ਼ਿਓ ਦਸ਼ਮੇਸ਼ ਪਿਤਾ ਨੇ ਆਪਣੇ ਜੀਵਨ ਦੇ ਤਕਰੀਬਨ 5 ਤੋਂ 5.5 ਸਾਲ ਪਟਨਾ ਸਾਹਿਬ ਗੁਜ਼ਾਰੇ ਆ ਇਹ ਧਿਆਨ ਰੱਖਣਾ ਆਗਮਨ ਤੋਂ ਲੈ ਕੇ ਪ੍ਰਕਾਸ਼ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਪਟਨਾ ਸਾਹਿਬ ਦਾ ਨਾ ਤਹੀਂ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਭਵ ਲਿਓ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦਾ ਨਾਮ ਉਸ ਵੇਲੇ ਗੋਬਿੰਦ ਰਾਏ ਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਨਗਰ ਵਸਾਇਆ ਆਨੰਦਪੁਰ ਸਾਹਿਬ ਜਿਹਨੂੰ ਅੱਜ ਕਹਿੰਦੇ ਜੇ ਨਾ ਇਹਦਾ ਪਹਿਲਾ ਨਾਂ ਚੱਕ ਨਾਨਕੀ ਆ ਆਨੰਦਪੁਰ ਸਾਹਿਬ ਦਾ ਇਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਮਾਤਾ ਜੀ ਦੇ ਨਾਂ ਤੇ ਇਹ ਨਗਰ ਵਸਾਇਆ ਚੱਕ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਜੀ ਦਾ ਨਾਮ ਆ ਮਾਤਾ ਨਾਨਕੀ ਚਿੱਠੀ ਘੱਲੀ ਪਟਨਾ ਸਾਹਿਬ ਕਿ ਬੇਟਾ ਗੋਬਿੰਦ ਰਾਏ ਤੇ ਸਾਰਾ ਪਰਿਵਾਰ ਚੱਕ ਨਾਨਕੀ ਆ ਜਾਓ ਭਾਵ ਆਨੰਦਪੁਰ ਸਾਹਿਬ ਆ ਜਾਓ ਦਸ਼ਮੇਸ਼ ਪਿਤਾ ਦੀ ਉਮਰ 5.5 ਸਾਲ ਦੀ ਆ ਉਦੋਂ ਦੋ ਬਚਨ ਮੈਂ ਉਹਨਾਂ ਦੀ 5.5 ਸਾਲ ਦੀ ਉਮਰ ਦੇ ਤੁਹਾਡੇ ਨਾਲ ਸਾਂਝੇ ਕਰਨੇ ਇੱਕ ਪੀਰ ਬੁੱਧੂ ਸ਼ਾਹ ਵਾਲਾ ਚੱਲਦੇ 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 ਪਟਨਾ ਸਾਹਿਬ ਤੋਂ ਤੁਰ ਕੇ ਹੌਲੀ ਹੌਲੀ ਪੈਣਾ ਤੈਅ ਕੀਤਾ ਛੋਟੀ ਉਮਰ ਆ ਸੰਗਤਾਂ ਬੇਅੰਤ ਆ ਮਾਤਾ ਗੁਜਰੀ ਜੀ ਆ ਮਾਤਾ ਗੁਜਰੀ ਦੇ ਭਰਾ ਸੀ ਭਾਈ ਕਿਰਪਾਲ ਚੰਦ ਉਹ ਵੀ ਨਾਲ ਵਾ ਜਦੋਂ ਆਏ ਨਾ ਅੰਬਾਲੇ ਦੇ ਕੋਲ ਉੱਥੇ ਇੱਕ ਜਗ੍ਹਾ ਵਾ ਲਖਨੌਰ ਸਾਹਿਬ ਮਾਤਾ ਗੁਜਰੀ ਦਾ ਅਸਥਾਨ ਬਣਿਆ ਮਾਤਾ ਗੁਜਰੀ ਦਾ ਖੂਹ ਵੀ ਆ ਜਿਹੜਾ ਉੱਥੇ ਲਵਾਇਆ ਉਹਨਾਂ ਨੇ ਮਿੱਠੇ ਜਲ ਵਾਲਾ ਪਰ ਜਿਹੜੀ ਮੈਂ ਗੱਲ ਕਰਨ ਲੱਗਾ ਜਦੋਂ ਅੰਬਾਲੇ ਤੋਂ ਅੱਗੇ ਨੂੰ ਤੁਰੇ ਨਾ ਆਨੰਦਪੁਰ ਸਾਹਿਬ ਨੂੰ ਜਾਣਾ ਦਸ਼ਮੇਸ਼ ਪਿਤਾ ਨੂੰ ਸਿੱਖਾਂ ਨੇ ਪਾਲਕੀ ਦੇ ਵਿੱਚ ਬਿਠਾਇਆ ਵਾ 5.5 ਸਾਲ ਦੀ ਉਮਰ ਆ ਨਾਮ ਆ ਗੋਬਿੰਦ ਰਾਏ ਪਾਲਕੀ ਚ ਬੈਠੇ ਆ ਬੇਅੰਤ ਸੰਗਤਾਂ ਦਰਸ਼ਨ ਦਦਾਰੇ ਕਰ ਰਹੀਆਂ ਮਿਲ ਰਹੀਆਂ ਜਦੋਂ ਅੰਬਾਲੇ ਤੋਂ ਨਿਕਲਣ ਲੱਗਿਆ ਤੇ ਕਾਫੀ ਜਦੋਂ ਸੰਗਤਾਂ ਦਾ ਇਕੱਠ ਹੋਇਆ ਨਾ ਦੂਰ ਇੱਕ ਖਲੋਤਾ ਫਕੀਰ ਮੁਸਲਮਾਨ ਫਕੀਰ ਉਹਨੇ ਪਾਲਕੀ ਵੱਲ ਵੇਖ ਕੇ ਤੇ ਧਰਤੀ ਤੇ ਸਿਰ ਰੱਖ ਕੇ ਤੇ ਮੱਥਾ ਟੇਕਿਆ ਉਦੋਂ ਪਹਿਲੀ ਵਾਰੀ ਪੀਰ ਬੁੱਧੂ ਸ਼ਾਹ ਮਿਲਿਆ ਦਸ਼ਮੇਸ਼ ਨੂੰ ਜਦੋਂ ਦਸ਼ਮੇਸ਼ ਦੀ ਉਮਰ 5.5 ਸਾਲ ਦੀ ਹਾਲੇ ਗੁਰਤਾ ਗੱਦੀ ਨਹੀਂ ਗਈ ਉਹਨਾਂ ਕੋਲ ਨਾਮ ਗੋਬਿੰਦ ਰਾਏ ਹੀ ਆ ਨਾਲ ਜਦੋਂ ਇਹਨੇ ਸਿਜਦਾ ਕੀਤਾ ਫਕੀਰ ਨੇ ਦਸ਼ਮੇਸ਼ ਪਿਤਾ ਦੇ ਨਾਲ ਜਿਹੜੇ ਹੋਰ ਸਿੱਖ ਸੇਵਕ ਵਾ ਗੁਰੂ ਘਰ ਦੇ ਉਹਨਾਂ ਚੋਂ ਇੱਕ ਨੂੰ ਆਖਿਆ ਗੁਰਮੁਖਾ ਓ ਜਿਹੜਾ ਮੁਸਲਮਾਨ ਫਕੀਰ ਨਮਸਕਾਰ ਕਰਦਾ ਪਿਆ ਨਾ ਉਹਨੂੰ ਸਾਡੇ ਕੋਲ ਆਵਾਜ਼ ਮਾਰ ਕੇ ਲਿਆ ਗਿਆ ਸੇਵਕ ਭੱਜ ਕੇ ਜਾ ਕੇ ਆਖਿਆ ਫਕੀਰ ਜੀ ਤੁਹਾਨੂੰ ਗੋਬਿੰਦ ਰਾਏ ਜੀ ਬੁਲਾਉਂਦੇ ਆ ਕਿਉਂਕਿ ਉਦੋਂ ਸਤਿਗੁਰ ਤੇ ਨਹੀਂ ਗਏ ਜੀ ਗੁਰਤਾ ਗੱਦੀ ਨਹੀਂ ਮਿਲੀ ਅਜੇ ਕਹਿੰਦੇ ਵੀ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਪੁੱਤਰ ਨੇ ਗੁਰੂ ਮਾਤਾ ਗੁਜਰੀ ਦੇ ਪੁੱਤਰ ਵਾ ਤੇ ਤੁਹਾਨੂੰ ਬੁਲਾਉਂਦੇ ਆ ਗੋਬਿੰਦ ਰਾਏ ਜੀ ਸਾਰੀ ਭੀੜ ਦੇ ਵਿੱਚੋਂ ਜਿੰਨਾ ਸੰਗਤਾਂ ਦਾ ਇਕੱਠ ਸੀ ਉਹਦੇ ਵਿੱਚੋਂ ਦੀ ਨਿਕਲਦਾ ਪੀਰ ਬੁੱਧੂ ਸ਼ਾਹ ਲਾਗੇ ਆ ਮਹਾਰਾਜ ਉਦਾਂ ਹੀ ਪਾਲਕੀ ਚ ਵਾ ਤੇ ਪੀਰ ਬੁੱਧੂ ਸ਼ਾਹ ਨੇ ਨੇੜੇ ਆਣ ਕੇ ਨਾ ਜਦੋਂ ਅੱਖਾਂ ਚੱਖਾਂ ਪਈਆਂ
ਤੇ ਪੀਰ ਬੁੱਧੂ ਸ਼ਾਹ ਨੇ ਫਿਰ ਧਰਤੀ ਤੇ ਸਿਰ ਰੱਖ ਕੇ ਨਮਸਕਾਰ ਕੀਤੀ, ਮੱਥਾ ਟੇਕਿਆ। ਤੇ ਜਦੋਂ ਮੱਥਾ ਟੇਕ ਕੇ ਨਮਸਕਾਰ ਕਰਕੇ ਖੜਾ ਹੋਇਆ ਨਾ ਬੁੱਧੂ ਸ਼ਾਹ, ਤੇ ਦਸ਼ਮੇਸ਼ ਪਿਤਾ ਉਹਨੂੰ ਪਤਾ ਕੀ ਕਹਿੰਦੇ, ਕਹਿੰਦੇ ਫਕੀਰ ਜੀ, ਪੀਰ ਜੀ, ਅੱਜ ਤੱਕ ਸਿਜਦੇ ਹੀ ਕੀਤੇ ਜੇ, ਅੱਜ ਤੱਕ ਨਮਾਜ਼ਾਂ ਹੀ ਪੜੀਆਂ, ਰੋਜ਼ੇ ਹੀ ਰੱਖੇ ਆ, ਕਿ ਜਾਂ ਕੋਈ ਖਸਮ ਦੀ ਝਲਕ ਵੀ ਪਈ ਆ। ਖਸਮ ਦਾ ਮਤਲਬ ਸਤਨਾਮ ਸ਼੍ਰੀ ਵਾਹਿਗੁਰੂ, ਅੱਲਾਹ, ਖੁਦਾ, ਰੱਬ, ਇਹ ਪੁੱਛਦੇ ਆ ਦਸ਼ਮੇਸ਼ ਉਹਨੂੰ। ਕਹਿੰਦੇ ਵੀ ਅੱਜ ਤੱਕ ਸਿਜਦੇ ਹੀ ਕਰਦਾ ਰਿਹਾ, ਮੱਥੇ ਹੀ ਰਗੜਦਾ ਰਿਹਾ, ਜਾਂ ਕੋਈ ਰੋਜ਼ੇ ਹੀ ਰੱਖਦਾ, ਕਿਉਂਕਿ ਮੁਸਲਮਾਨ ਫਕੀਰ ਵਾ ਨਾ, ਤਾਂ ਉਹਦੇ ਮੁਤਾਬਕ ਗੱਲ ਕਰਦੇ ਆ ਵੀ ਸਿਜਦੇ ਹੀ ਕਰਦਾ ਰਿਹਾ ਅੱਜ ਤੱਕ, ਇਕੱਲੇ ਰੋਜ਼ੇ ਹੀ ਰੱਖੇ ਹੀ, ਇਕੱਲੀਆਂ ਨਮਾਜ਼ਾਂ ਹੀ ਪੜੀਆਂ, ਕਿ ਜਾਂ ਉਹਦੀ ਕੋਈ ਅੱਲਾਹ ਖੁਦਾ ਦੀ ਮਾੜੀ ਮੋਟੀ ਝਲਕ ਵੀ ਪਈ ਆ। ਦੱਸ, ਉਹਦੇ ਹੱਥ ਜੁੜੇ ਆ ਫਕੀਰ ਦੇ, ਖਲੋਤਾ ਥੱਲੇ ਨੂੰ ਸਿਰ ਕਰਕੇ, ਅੱਖਾਂ ਮੀਚੀਆਂ, ਚੁੱਪ ਵਾ। ਦਸ਼ਮੇਸ਼ ਨੇ ਫਿਰ ਪੁੱਛਿਆ ਮੇਰੇ ਬਾਜਾਂ ਵਾਲੇ ਦਾਤੇ, ਕਹਿਣ ਲੱਗੇ ਫਕੀਰ ਜੀ ਬਾਤ ਸਮਝ ਆਈ? ਕਹਿੰਦਾ ਜੀ ਫਿਰ ਪੁੱਛੋ। ਮਹਾਰਾਜ ਕਹਿੰਦੇ ਅੱਜ ਤੱਕ ਸਿਜਦੇ ਹੀ ਕਰਦਾ ਰਿਹਾ, ਨਮਾਜ਼ਾਂ ਹੀ ਅਦਾ ਕੀਤੀਆਂ, ਮੱਥੇ ਹੀ ਰਗੜੇ ਹੀ, ਕਿ ਜਾਂ ਅੱਲਾਹ ਖੁਦਾ ਦੀ ਕੋਈ ਮਾੜੀ ਮੋਟੀ ਝਲਕ ਵੀ ਪਈ, ਕੋਈ ਦਰਸ਼ਨ ਦਦਾਰ ਵੀ ਹੋਇਆ ਹੀ। ਉਦਣ ਉਹਨੇ ਇਹ ਗੱਲ ਆਖੀ ਪੀਰ ਬੁੱਧੂ ਸ਼ਾਹ, ਕਹਿੰਦਾ ਤੁਸੀਂ ਤੇ ਕੱਲੀ ਝਲਕ ਪੈਣ ਦੀ ਗੱਲ ਕਰਦੇ ਜੇ ਨਾ, ਵੀ ਝਲਕ ਪਈ ਉਹ ਮਾੜੀ ਮੋਟੀ ਕੋਈ। ਪੀਰ ਬੁੱਧੂ ਸ਼ਾਹ ਪਤਾ ਕੀ ਕਹਿੰਦਾ? ਕਹਿੰਦਾ ਜੀ ਇਹਦਾ ਜਵਾਬ ਆ ਵਾ। ਮਹਾਰਾਜ ਕਹਿੰਦੇ ਦੱਸ। ਕਹਿੰਦਾ ਅੱਜ ਤੱਕ ਨਮਾਜ਼ਾਂ ਹੀ ਪੜੀਆਂ ਵਾ, ਅੱਜ ਤੱਕ ਸਿਜਦੇ ਹੀ ਕਰਦਾ ਰਿਹਾ ਵਾ, ਅੱਜ ਤੱਕ ਸਿਰਫ ਰੋਜ਼ੇ ਹੀ ਰੱਖਦਾ ਰਿਹਾ ਵਾ, ਅੱਜ ਤੱਕ ਸਿਰਫ ਕੁਰਾਨ ਦੀਆਂ ਐਤਾਂ ਹੀ ਪੜ੍ਹਦਾ ਰਿਹਾ, ਹੁਣ ਅੱਲਾਹ ਦੀ ਕੱਲੀ ਝਲਕ ਹੀ ਨਹੀਂ ਪਈ, ਪਾਲਕੀ ਵਿੱਚ ਬਹਿ ਕੇ ਮੇਰਾ ਖੁਦਾ ਮੈਨੂੰ ਦਰਸ਼ਨ ਦੇਣ ਵਾਸਤੇ ਆ ਗਿਆ, ਮੈਂ ਤੇਰਾ ਦੀਦਾਰ ਕੀਤਾ, ਤੇਰੇ ਨੂਰੀ ਚਿਹਰੇ ਵਿੱਚੋਂ ਮੈਂ ਅੱਜ ਅੱਲਾਹ ਦਾ, ਅੱਜ ਮੈਂ ਖੁਦਾ ਦਾ ਦਰਸ਼ਨ ਕਰ ਲਿਆ, ਤੇਰੇ ਨੂਰੀ ਚਿਹਰੇ ਵਿੱਚੋਂ ਮੈਨੂੰ ਮੇਰਾ ਰੱਬ ਨਜ਼ਰ ਆਉਂਦਾ, ਔਰ ਮੈਨੂੰ ਮਹਿਸੂਸ ਹੁੰਦਾ ਵਾ ਕਿ ਅੱਜ ਤੱਕ ਦੀਆਂ ਪੜੀਆਂ ਨਮਾਜ਼ਾਂ, ਅੱਜ ਤੱਕ ਦੇ ਰੱਖੇ ਰੋਜ਼ੇ, ਅੱਜ ਤੱਕ ਦੇ ਅੱਗੇ ਅੱਲਾਹ ਦੇ ਅੱਗੇ ਕੀਤੀਆਂ ਹੋਈਆਂ ਇਬਾਦਤਾਂ ਅੱਜ ਪ੍ਰਵਾਨ ਹੋਈਆਂ। ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਬਚਨ ਆਖਿਆ ਜਿਨ੍ਹਾਂ ਦਾ ਨਾਮ ਉਸ ਵਕਤ ਗੋਬਿੰਦ ਰਾਏ ਸੀ। ਕਹਿੰਦੇ ਸੱਜਣਾ ਬਾਤ ਸੁਣ ਲਾ ਫਿਰ ਇੱਕ, ਜੇ ਤੈਨੂੰ ਕੋਈ ਐਸੀ ਝਲਕ ਨਜ਼ਰ ਆਈ ਸੂ। ਮਹਾਰਾਜ ਨੇ ਆਖਿਆ ਫਕੀਰਾ ਤੇਰੇ ਨਾਲ ਬਚਨ ਇਸ ਕਰਕੇ ਨਹੀਂ ਕਰ ਰਹੇ ਵੀ ਤੇਰੇ ਨਾਲ ਆ ਹੀ ਡਿਸਕਸ 2 ਮਿੰਟ ਦੀ ਵਿਚਾਰ ਕਰਨੀ ਸੀ ਮੈਂ, ਤੇਰਾ ਮੇਰਾ ਰਿਸ਼ਤਾ ਬੜਾ ਗੂੜਾ ਹੀ ਹੈ। ਪੀਰ ਬੁੱਧੂ ਸ਼ਾਹ ਨੂੰ ਉਦਣ ਹੀ ਕਹਿਤਾ ਸੀ ਕਲਗੀਧਰ ਨੇ ਅੰਬਾਲੇ ਦੇ ਨੇੜੇ, ਕਹਿੰਦੇ ਪੀਰਾ ਤੇਰਾ ਮੇਰਾ ਰਿਸ਼ਤਾ ਬੜਾ ਗੂੜਾ ਹੀ, ਤੇ ਹੱਥ ਜੋੜ ਕੇ ਕਹਿੰਦਾ ਕਿੰਨਾ ਕ? ਮਹਾਰਾਜ ਕਹਿੰਦੇ ਤੇਰੀ ਮੇਰੀ ਸਾਂਝ ਕੱਲੀ ਸਦੀਆਂ ਤੱਕ ਹੀ ਨਹੀਂ, ਤੇਰੀ ਮੇਰੀ ਸਾਂਝ ਸਜਣਾ ਜੁੱਗਾਂ ਤੱਕ ਬਣੀ ਰਹਿਣੀ ਇਸ ਧਰਤੀ ਤੇ। ਯਾਦ ਕਰਦੇ ਜੇ ਅੱਜ, ਆਖੋ ਸਤਨਾਮ ਸ਼੍ਰੀ। ਇਹ ਬਾਅਦ ਦੀਆਂ ਗੱਲਾਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਮਿਲੀ, ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਭੰਗਾਣੀ ਦਾ, ਪੌਂਟਾ ਸਾਹਿਬ ਦੇ ਨੇੜੇ ਭੰਗਾਣੀ ਦਾ ਜੰਗ ਲੜਿਆ। ਪੀਰ ਬੁੱਧੂ ਸ਼ਾਹ ਆਪਣੇ ਪੁੱਤਾਂ ਨੂੰ ਨਾਲ ਲੈ ਕੇ ਗਿਆ, ਉਹਦੇ 2 ਪੁੱਤ ਸ਼ਹੀਦ ਹੋਏ ਪੀਰ ਬੁੱਧੂ ਸ਼ਾਹ। ਮੇਰੇ ਕਹਿਣ ਦਾ ਭਾਵ ਸਿਰਫ ਇੰਨਾ, ਜਿਸ ਮਿਲਿਆ ਮਨ ਹੋਏ ਆਨੰਦ, ਉਹਨਾਂ ਲਿਆ ਉਹ ਆਨੰਦ, ਮਾਣਿਆ ਵਾ ਉਹਨਾਂ ਨੇ ਉਹਦੇ ਚਰਨਾਂ ਚੋਂ ਆਨੰਦ, ਪ੍ਰਾਪਤੀ ਕੀਤੀ ਉਹਨਾਂ ਨੇ, ਉਹਨਾਂ ਨੂੰ ਪਤਾ ਵਾ ਕਿ ਸਤਿਗੁਰਾ ਤੇਰੀ ਪਦਵੀ, ਤੇਰਾ ਦਰਜਾ, ਤੇਰੇ ਦਰਸ਼ਨ, ਤੇਰੀ ਇਬਾਦਤ ਵਿੱਚੋਂ ਕੀ ਕੁਝ ਮਿਲਦਾ ਵਾ, ਪਤਾ ਵਾ ਉਹਨਾਂ ਨੂੰ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਕੈਸਾ ਪਿਆਰਾ ਸਤਿਗੁਰ, ਮੈਂ ਕਦੀ ਕਦੀ ਸੋਚਣਾ ਵਾ ਜਿਹੜਾ ਗੁਰੂ ਹੈ ਜੀ, ਜ਼ਿੰਦਗੀ 'ਚ ਯਾਦ ਰੱਖਿਓ ਗੱਦੀਆਂ ਲਾ ਕੇ ਬਹਿ ਜਾਣਾ ਤੇ ਮੱਥੇ ਟਿਕਾ ਲੈਣੇ ਅਲੱਗ ਚੈਪਟਰ ਵਾ, ਜਿਹੜਾ ਸਤਿਗੁਰ ਆ ਉਹ ਕਿਸੇ ਦੇ ਬਣਾਇਆ ਨਹੀਂ ਬਣਦਾ, ਧੁਰੋਂ ਥਾਪਿਆ ਜਾਂਦਾ ਹੈ। ਇਹ ਯਾਦ ਰੱਖਿਓ, ਜ਼ਰੂਰੀ ਨਹੀਂ ਤੁਹਾਨੂੰ ਸਾਰਿਆਂ ਨੂੰ ਬਾਤ ਅੱਛੀ ਲੱਗੀ, ਜਿਹੜਾ ਸਤਿਗੁਰ ਉਹ ਹੈ ਧੁਰੋਂ ਥਾਪਿਆ ਜਾਂਦਾ। ਜੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਤ ਪਾਉਂਦੇ ਜੀ, ਦਸ਼ਮੇਸ਼ ਪਿਤਾ ਨੂੰ ਤੇ ਹਾਲੇ ਗੁਰਤਾ ਗੱਦੀ ਮਿਲੀ ਨਹੀਂ ਪਟਨਾ ਸਾਹਿਬ ਦੀ ਧਰਤੀ ਤੇ ਰਾਣੀ ਮਹਿਣੀ ਗੁਰਦੁਆਰਾ ਸਾਹਿਬ ਬਣਿਆ, ਉਹ ਸ਼ਰਧਾਲੂ ਹਨ ਉਹਨਾਂ ਦੇ, ਉਹਦੇ ਗਲ ਬਾਹਾਂ ਪਾ ਕੇ ਆਖਿਆ ਨਾ ਮੈਂ ਤੇਰਾ ਪੁੱਤ ਹਾਂ, ਉਹਨੇ ਆਖਿਆ ਇਹੋ ਜਿਹਾ ਪੁੱਤ ਮੇਰਾ ਵੀ ਹੋਵੇ। ਸੁਣਿਓ ਬੇਨਤੀ, ਧੁਰੋਂ ਬਖਸ਼ਿਸ਼ ਕੀ ਆ, ਉਹ ਧੁਰੋਂ ਰਹਿਮਤ ਕੀ ਲੈ ਕੇ ਆਇਆ, ਪਰਮਾਤਮਾ ਵੱਲੋਂ ਥਾਪਿਆ ਹੋਇਆ ਵਾ ਉਹ, ਜਿਹੜਾ ਸਤਿਗੁਰ ਆ ਕਿਸੇ ਦਾ ਬਣਾਇਆ ਨਹੀਂ ਗਾ ਬਣਦਾ, ਲਗਾਤਾਰ ਪੈਂਡਾ ਤੈਅ ਕੀਤਾ ਪਟਨੇ ਦੀ ਧਰਤੀ ਤੋਂ, ਚੱਲਦੇ ਚੱਲਦੇ ਅੰਬਾਲੇ ਆ ਗਏ, ਜਦੋਂ ਅਗਲਾ ਪੈਂਡਾ ਤੈਅ ਕਰਨ ਲੱਗੇ ਇਹਨਾਂ 'ਚ। ਆਹ ਬਚਨ ਸੁਣਿਆ ਜੇ
एक विद्वान ने बड़ी प्यारी बात लिखी, भावे होरना ने भी लिखी, प्रिंसीपल सतबीर सिंह ने एक बचन बड़ा सोहना लिखा उन्हां दे सफर दे बारे च, जिहड़ा दशमेश पिता ने सफर किया पटना साहब तो आनंदपुर साहब तक दा। कहिंदे चलदे चलदे ना साढ़े को पांच साल की उम्र वा, ते जदों पहुंचे ना रोपड़ तो अगे, बरीकी ना सुनियो टेक के हुण रोपड़ तो आनंदपुर साहब वल नूं जाणा, इन्हां ने रोपड़ तो आनंदपुर साहब वल नूं जाणा। चलदे चलदे जदों पहुंच गए ना सरसा दे किनारे, सरसा दे कंडे। हुण इह जिहड़ा सरसा दा कंडा, इह जिहड़ा सरसा दा किनारा वा, इह रोपड़ वाला पासा वा, ध्यान रखना। उस वेले बेड़ियां ते है नहीं सी, पार करनी है सरसा, माफ करियो पुल ते है नहीं सी, बेड़ियां नाल पार करदे सी, पुल नहीं सी हैगे, बेड़ियां च बहना ते सारी संगत ने पार जाणा। ते जदों ना पालकी चो तारिया ना कलगीधर साहब गोबिंद राय ने, ते माता जी पता की कहिंदे, जिन्हां नूं आपां अदब नाल अज माता गुजर कौर कहिंदे, माता गुजरी ने बचन कीता, कहिंदे बेटा पुत हुण तेरे पिता जी दा वसाया नगर चक नानकी, भाव के आनंदपुर साहब, हुण पुत बहुता दूर नहीं गा रह गया, आपां हुण आ सरसा पार करनी है, बेड़ियां च बह के थोड़ी देर तक तेरे पिता जी दे पास आपां पहुंच जाए। ते जदों पालकी चों उतरे ना थले कलगियां वाला दाथा, ते मां नूं पता की कहिंदी, संगतां तैयार है बेड़ियां च बहण वास्ते, ते मां नूं पता की कहिंदे, मां गुजरी नूं, बाजां वाला कहिंदा, मां माता जी जे तुहाडी आग्या होवे इत्थे सरसा दे कंडे थोड़ी देर बैठिए, बैठिए इत्थे थोड़ा चिर। मां गुजरी कहिंदी, बह जा पुत, बैठ जा गोबिंद राय, बिलकुल सरसा दे किनारे, और याद रखे रोपड़ वाले पासे दा कंडा वा, पार जाना इन्हां ने। बह गए चौंकड़ा मार के, अखां मीटियां हाथ जुड़े आ, बाकी संगत भी बह गई, आनंद साहब दा पाठ शुरू करता, आनंद साहब सारा, आनंद साहब आनंद भया मेरी माए तो लैके सारा आनंद साहब दा पाठ चौंकड़ा मार के नेत्र बंद करके कीता। ते जदों सारा आनंद साहब दा पाठ हो गया, सुनते पुनीत कहते पवित, सतगुर रहा पर पूरे, बिनवंत नानक गुर चरण लागे वाजे अनहद तूरे। जदों सारा आनंद साहब दा पाठ कर लिया, उठ के खलो गए, ते माता जी नूं कहिंदे, माता गुजरी नूं कहिंदे, माता जी चलीए हुण आपां। मां पता की कहिंदी, कहिंदी पुत आपां पटना साहब तों तुरे आं लगातार, किन्ना चिर लगा, जिथे रात पैंदी सी उत्थे रुकदे सी, ते पुत्रा बड़ियां नदियां आईयां राह च, बड़े दरिया रस्ते च आए, आपां पार वी कीते बेड़ियां च बह बह के, पर पुत गोबिंद राय पिछों भी आपां बाणी पढ़दे आए, नाम जपदे आए, सिमरन करदे आए, बाणी पढ़दे आए, ते पुत्रा नदियां दरिया भी राह च बड़े आए, पटना साहब तो लैके सरसा तक हुण रोपड़ तक किन्ने नदियां दरिया आए होणगे। ते मां गुजरी कहिंदी, पुत इह सरसा दे कंडे बह के ते तू उचेचे तौर ते विशेष तौर ते आनंद साहब दी बाणी दा पाठ कीता, पुत इत्थे कोई खास गल वा? कलगियां वाला बोलिया, किन्नियां सालां दा उह वेले, साढ़े पांच साल दा। मेरा दाता कहिंदा, मां इह जिहड़ी सरसा नदी है इहदे नाल मेरा बड़ा तकड़ा रिश्ता वा, इस सरसा नाल मेरा बड़ा वड्डा संबंध वा। मां कहिंदी, पुत कोई इशारा कर दे, गल दस कोई। ते बाजां वाला दाता बोलिया, कहिंदा मां अज ए सरसा नदी, अज ए सरसा आपां इधरले पासिओं उधर नूं पार कर रहे हैं, अज रोपड़ वालों आनंदपुर साहब वल नूं पार कर रहे। कहिंदा मां अज आपां ए सरसा इधरले पासिओं उधर नूं पार कर रहे हैं, ते मां
ਅੱਜ ਵੀ ਤੂੰ ਮੇਰੇ ਨਾਲ ਵਾ ਪਰ ਅੱਜ ਤੂੰ ਦੋਵਾਂ ਕੰਢਿਆਂ ਤੇ ਮੇਰੇ ਨਾਲ ਇਧਰਲੇ ਕੰਢੇ ਤੇ ਵੀ ਮੇਰੇ ਨਾਲ ਤੇ ਜਦੋਂ ਪਾਰ ਜਾਵਾਂਗੇ ਉਸ ਕੰਢੇ ਤੇ ਵੀ ਮੇਰੇ ਨਾਲ ਇਸ ਸਰਸਾ ਨਾਲ ਮੇਰਾ ਬੜਾ ਤਕੜਾ ਰਿਸ਼ਤਾ ਈ ਮਾਂ ਇੱਕ ਦਿਨ ਆਊਗਾ ਇਹੀਓ ਸਰਸਾ ਆਪਾਂ ਉਧਰਲੇ ਪਾਸਿਓਂ ਇਧਰ ਨੂੰ ਪਾਰ ਕਰਨੀ ਉਧਰੋਂ ਇਧਰ ਤੇ ਮਾਂ ਕਹਿੰਦੀ ਪੁੱਤ ਫੇਰ ਕਹਿੰਦਾ ਮਾਂ ਉਹ ਜਿਹੜਾ ਕੰਢਾ ਸੀ ਨਾ ਪਰਲਾ ਆਨੰਦਪੁਰ ਸਾਹਿਬ ਵਾਲਾ ਚੱਕ ਨਾਨਕੀ ਨਾਂ ਲੈਂਦੇ ਉਹ ਕਹਿੰਦੇ ਜਿਹੜਾ ਉਧਰਲਾ ਕੰਢਾ ਨਾ ਆਨੰਦਪੁਰ ਸਾਹਿਬ ਵਾਲਾ ਉਦੋਂ ਤੇ ਤੂੰ ਮੇਰੇ ਨਾਲ ਹੋਵੇਂਗੀ ਤੇ ਮਾਂ ਕਹਿੰਦੀ ਪੁੱਤ ਫੇਰ ਜਦੋਂ ਇਧਰ ਆਵਾਂਗੇ ਆਪਾਂ ਰੋਪੜ ਵਾਲੇ ਪਾਸੇ ਕਹਿੰਦਾ ਫਿਰ ਤੂੰ ਵੱਖਰੀ ਹੋਏਗੀ ਤੇ ਮੈਂ ਵੱਖਰਾ ਹੋਊਂਗਾ ਇੱਕ ਦਿਨ ਆਪਾਂ ਏਦਾਂ ਵੀ ਸਰਸਾ ਪਾਰ ਕਰ ਗਏ ਅੱਜ ਮੈਂ ਇਸੇ ਕਰਕੇ ਇਹਨਾਂ ਕੰਢਿਆਂ ਨਾਲ ਪਿਆਰ ਪਾ ਲਿਆ ਇਹਦੇ ਕੰਢਿਆਂ ਨਾਲ ਅੱਜ ਹੀ ਮੇਰਾ ਪਿਆਰ ਬਣ ਗਿਆ ਤੇ ਮਾਂ ਕਹਿੰਦੀ ਪੁੱਤ ਮਾਤਾ ਗੁਜਰੀ ਜੀ ਕਹਿੰਦੇ ਕਹਿੰਦੀ ਪੁੱਤ ਜੇ ਤੂੰ ਮੇਰੇ ਨਾਲ ਨਹੀਂ ਹੋਏਗਾ ਉਧਰਲੇ ਕੰਢੇ ਤੇ ਤੂੰ ਮੇਰੇ ਨਾਲ ਹੋਏਗਾ ਤੇ ਇਧਰਲੇ ਕੰਢੇ ਤੇ ਤੂੰ ਵੱਖਰਾ ਤੇ ਮੈਂ ਵੱਖਰੀ ਪੁੱਤ ਫਿਰ ਕੋਈ ਨਾ ਕੋਈ ਤੇ ਮੇਰੇ ਨਾਲ ਹੋਊਗਾ ਹੀ ਤੇ ਬਾਜਾਂ ਵਾਲਾ ਕੀ ਕਹਿੰਦਾ ਹਾਂ ਆਖੋ ਸਤਨਾਮ ਸ਼੍ਰੀ ਮਾਂ ਗੁਜਰੀ ਕਹਿੰਦੀ ਪੁੱਤ ਜੇ ਤੂੰ ਮੇਰੇ ਨਾਲ ਇਧਰਲੇ ਕੰਢੇ ਤੇ ਨਹੀਂ ਹੋਏਗਾ ਤੇ ਕੋਈ ਨਾ ਕੋਈ ਤੇ ਮੇਰੇ ਨਾਲ ਹੋਊਗਾ ਹੀ ਤੇ ਬਾਜਾਂ ਵਾਲਾ ਕਹਿੰਦਾ ਮਾਂ ਕੋਈ ਨਾ ਕੋਈ ਤੇਰੇ ਨਾਲ ਹੋਊਗਾ ਕਹਿੰਦੀ ਫਿਰ ਤੇਰੇ ਪਿਤਾ ਜੀ ਹੋਣਗੇ ਭਾਵ ਗੁਰੂ ਤੇਗ ਬਹਾਦਰ ਸਾਹਿਬ ਕਹਿੰਦਾ ਨਹੀਂ ਭੋਲੀਏ ਮਾਂ ਆ ਤਿੰਨ ਲੰਘ ਲੈਣ ਦੇ ਮੇਰੇ ਪਿਤਾ ਨੂੰ ਮੇਰੇ ਬਾਪ ਨੂੰ ਤੂੰ ਆਪਣੇ ਹੱਥੀ ਸਿਰ ਦੇਣ ਵਾਸਤੇ ਤੋਰ ਦੇਣਾ ਵਾ ਤੂੰ ਕਹਿੰਦੀ ਪੁੱਤ ਜੇ ਤੇਰੇ ਬਾਪ ਨੂੰ ਵੀ ਤੋਰ ਦੇਣਾ ਤੇ ਤੂੰ ਵੀ ਨੀ ਮੇਰੇ ਨਾਲ ਹੋਣਾ ਫਿਰ ਕੌਣ ਹੋਊਗਾ ਮੇਰੇ ਨਾਲ ਇਧਰਲੇ ਕੰਢੇ ਤੇ ਕਹਿੰਦਾ ਉਹ ਹੋਣਗੇ ਜਿਨ੍ਹਾਂ ਨੂੰ ਆਪਣੇ ਹੱਥੀ ਤੋਰਨਾ ਹੀ ਜਿਨ੍ਹਾਂ ਨੇ ਸਿੱਖੀ ਦੀਆਂ ਜੜਾਂ ਸਿੱਖੀ ਦੀਆਂ ਨੀਹਾਂ ਪਤਾਲ ਤੱਕ ਡੂੰਘੀਆਂ ਕਰਨੀਆਂ ਉਹ ਤੇਰੇ ਨਾਲ ਹੋਣਗੇ ਕੌਣ ਵਾ ਭਲਾ ਨਾਲ ਉਦੋਂ ਫਿਰ ਮਾਂ ਗੁਜਰੀ ਦੇ ਨਾਲ ਕੌਣ ਵਾ ਭਲਾ ਸਾਹਿਬਜ਼ਾਦੇ ਨੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਮਾਲ ਦੀ ਗੱਲ ਗੁਰੂ ਕੇ ਸਿੱਖੋ ਇਹ ਗੱਲ 5.5 ਸਾਲ ਦੀ ਉਮਰ ਚ ਕਹਿਣ ਡਿਆ ਉਹ ਦਸ਼ਮੇਸ਼ ਜਿਹੜਾ ਐਸਾ ਪਿਆਰਾ ਸਤਿਗੁਰ ਆ ਵੀ ਮਨ ਕੀ ਦੁਬਦਾ ਬਿਨ ਸਜਾਏ ਮਨ ਕੀ ਦੁਬਦਾ ਬਿਨ ਸਜਾਏ ਜਿਹੜਾ ਮਨ ਦਾ ਦੁਚਿੱਤਾਪਨ ਮੁਕਾ ਦਿੰਦਾ ਵਾ ਜਿਹੜਾ ਮਨ ਦੀ ਭਟਕਣਾ ਮੁਕਾ ਦਿੰਦਾ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਏ ਆਤਮਿਕ ਜੀਵਨ ਦਾ ਸਭ ਤੋਂ ਉੱਚਾ ਦਰਜਾ ਪਰਮ ਪਦ ਸਭ ਤੋਂ ਉੱਚਾ ਦਰਜਾ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਜਿਸ ਦੀ ਸੰਗਤ ਵਿੱਚ ਬਹਿ ਕੇ ਉਹ ਦਰਜਾ ਪ੍ਰਾਪਤ ਹੋ ਜਾਂਦਾ ਸੋਚ ਕੇ ਵੇਖਿਓ ਆਪਾਂ ਤੇ ਸਿੱਖ ਵਾਂ ਆਪਾਂ ਤੇ ਆ ਸਿੱਖ ਪਰ ਗੁਰੂ ਕੇ ਸਿੱਖੋ ਸਾਡੀਆਂ ਅੱਡੀਆਂ ਸਾਡੀਆਂ ਗਰਦਨਾਂ ਸਾਡੇ ਸਿਰ ਫਖਰ ਨਾਲ ਮਾਣ ਨਾਲ ਹੋਰ ਉੱਚੇ ਹੋ ਜਾਂਦੇ ਆ ਜਦੋਂ ਦੂਸਰਿਆਂ ਧਰਮਾਂ ਦੇ ਲੋਕ ਮੇਰੇ ਗੁਰੂ ਦੀ ਗੱਲ ਕਰਦੇ ਤੁਸੀਂ ਹੈਰਾਨ ਹੋਵੋਗੇ ਇੱਕ ਬੰਦਾ ਆਰੀਆ ਸਮਾਜੀ ਆ ਆਰੀਆ ਸਮਾਜੀ ਦਯਾਨੰਦ ਨੂੰ ਮੰਨਣ ਵਾਲਾ ਉਹਦਾ ਨਾਮ ਆ ਲਾਲਾ ਦੌਲਤ ਰਾਏ ਉਹਨੇ 1906 ਦੇ ਵਿੱਚ ਇੱਕ ਕਿਤਾਬ ਲਿਖੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਲਿਖਿਆ ਸੀ ਉਹਨੇ 1906 ਚ ਉਹਨੇ ਇੱਕ ਪੁਸਤਕ ਲਿਖੀ ਸੀ ਉਸ ਪੁਸਤਕ ਦਾ ਨਾਂ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਅੱਜ ਕੱਲ੍ਹ ਇਹਦਾ ਪੰਜਾਬੀ ਹਿੰਦੀ ਵਿੱਚ ਵੀ ਉਹ ਲੱਥਾ ਆ ਗਿਆ ਜਦੋਂ ਇਹ ਲਿਖਣ ਲੱਗਾ ਨਾ ਪੁਸਤਕ ਇਹਨੇ ਕਿਤਾਬ ਲਿਖੀ ਕਿਸੇ ਵਿਦਵਾਨ ਨੇ ਪੁੱਛ ਲਿਆ ਇਹਨੂੰ ਲਾਲਾ ਦੌਲਤ ਰਾਏ ਨੂੰ ਕਹਿੰਦੇ ਓਏ ਦੌਲਤ ਰਾਏ ਤੂੰ ਤੇ ਆਰੀਆ ਸਮਾਜੀ ਆ ਤੂੰ ਤੇ ਦਯਾਨੰਦ ਨੂੰ ਮੰਨਦਾ ਤੇ ਦਯਾਨੰਦ ਨੂੰ ਮੰਨਣ ਵਾਲੇ ਆ ਇਤਿਹਾਸ ਲਿਖ ਦਯਾਨੰਦ ਦਾ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਤਿਹਾਸ ਲਿਖ ਰਿਹਾ ਗੱਲ ਸਮਝ ਚ ਨੀ ਆਉਂਦੀ ਮੰਨਦਾ ਕਿਸੇ ਨੂੰ ਆ ਇਤਿਹਾਸ ਗੁਰੂ ਗੋਬਿੰਦ ਸਿੰਘ ਦਾ ਲਿਖਣ ਡਿਆ ਉਹ ਪਤਾ ਕੀ ਕਹਿੰਦਾ ਲਾਲਾ ਦੌਲਤ ਰਾਏ ਉਹਦਾ ਜਵਾਬ ਬੜਾ ਵਧੀਆ ਜੇ ਧਿਆਨ ਨਾਲ ਸੁਣਿਆ 3-4 ਮਿੰਟ ਲਗਾਤਾਰ ਉਹ ਲਾਲਾ ਦੌਲਤ ਰਾਏ ਕਹਿੰਦਾ ਕਹਿੰਦਾ ਮੇਰੇ ਦਿਲ ਚ ਸੀ ਵੀ ਮੈਂ ਕਿਸੇ ਪੈਗੰਬਰ ਦਾ ਕਿਸੇ ਰਹਿਬਰ ਦਾ ਅਵਤਾਰੀ ਪੁਰਸ਼ ਦਾ ਇਤਿਹਾਸ ਲਿਖਾਂ ਪਰ ਲਿਖਾਂ ਉਸ ਰਹਿਬਰ ਦਾ ਲਿਖਾਂ ਉਸ ਰੱਬੀ ਪੈਗੰਬਰ ਦਾ ਜਿਹੜਾ ਅੰਦਰੋਂ ਵੀ ਪੂਰਾ ਹੋਵੇ ਤੇ ਬਾਹਰੋਂ ਵੀ ਪੂਰਾ ਹੋਵੇ ਉਹਦਾ ਲਿਖਾਂ ਕਹਿੰਦਾ ਅੱਜ ਤੱਕ ਜਿੰਨੇ ਰਹਿਬਰ ਪੈਗੰਬਰ ਅਵਤਾਰ ਦੇਵੀਆਂ ਦੇਵਤੇ ਇਸ ਦੁਨੀਆਂ ਚ ਆਏ ਆ
ਕਹਿੰਦਾ ਮੈਂ ਸਾਰਿਆਂ ਦਾ ਕੁਝ ਨਾ ਕੁਝ ਜੀਵਨ ਪੜਿਆ ਤੇ ਵਿਚਾਰਿਆ ਤੇ ਤਤ ਪਤਾ ਕੀ ਕੱਢਿਆ, ਕਹਿੰਦਾ ਜੇ ਕੋਈ ਅੰਦਰੋਂ ਪੂਰਾ ਸੀ ਤੇ ਬਾਹਰੋਂ ਅਧੂਰਾ ਸੀ, ਤੇ ਜੇ ਕੋਈ ਬਾਹਰੋਂ ਪੂਰਾ ਸੀ ਤੇ ਅੰਦਰੋਂ ਅਧੂਰਾ ਸੀ। ਕਹਿੰਦਾ ਇਸ ਧਰਤੀ ਤੇ ਜੇ ਕੋਈ ਸੰਪੂਰਨ ਰੱਬਰ ਮੈਂ ਵੇਖਿਆ, ਅੰਦਰੋਂ ਵੀ ਸੰਪੂਰਨ ਤੇ ਬਾਹਰੋਂ ਵੀ ਸੰਪੂਰਨ, ਉਹ ਮਾਂ ਗੁਜਰ ਕੌਰ ਦਾ ਲਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਉਹਨੇ ਇੱਕ ਗੱਲ ਹੋਰ ਬੜੀ ਕਮਾਲ ਦੀ ਲਿਖੀ, ਉਹ ਪਤਾ ਕੀ ਆਖਦਾ ਜੀ, ਕਹਿੰਦਾ ਇਹ ਗੱਲ ਚੇਤੇ ਚ ਰੱਖਿਓ, ਕੱਲਾ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਹੀ ਅੰਦਰੋਂ ਤੇ ਬਾਹਰੋਂ ਸੰਪੂਰਨ ਨਹੀਂ, ਜਿਹੜੀ ਉਹਨੇ ਆਪਣੇ ਕੌਮ ਬਣਾਈ ਆ, ਜਿਹੜਾ ਉਹਨੇ ਖਾਲਸਾ ਸਾਜਿਆ ਵਾ, ਉਹ ਵੀ ਉਹਨੇ ਆਪਣੇ ਵਰਗਾ ਬਣਾਇਆ ਵਾ, ਜਿਹੜਾ ਅੰਦਰੋਂ ਵੀ ਸੰਪੂਰਨ ਆ ਤੇ ਬਾਹਰੋਂ ਵੀ ਸੰਪੂਰਨ ਆ। ਪੁੱਛਿਆ ਲਾਲਾ ਦੌਲਤ ਰਾਏ, ਇੰਨੇ ਗੁਣਾਂ ਦਾ ਮਾਲਕ ਵੀ ਅੰਦਰੋਂ ਵੀ ਸੰਪੂਰਨ ਤੇ ਬਾਹਰੋਂ ਵੀ ਸੰਪੂਰਨ, ਕੋਈ ਦਲੀਲ ਦੇ ਕੇ ਸਮਝਾ। ਅੱਜ ਕੱਲ੍ਹ ਦਲੀਲ ਦਾ ਜ਼ਮਾਨਾ ਵਾ, ਉਦਾਹਰਨ ਦਾ, ਛੇਤੀ ਸਮਝਦਾ ਬੰਦਾ, ਕੋਈ ਦਲੀਲ ਦੇ ਕੇ ਸਮਝਾ ਖਾ ਵਾਲਾ। ਉਹ ਪਤਾ ਕੀ ਕਹਿੰਦਾ, ਬੜੀ ਪਿਆਰੀ ਬਾਤ ਲੱਗੀ ਜੀ ਮੈਨੂੰ ਉਹਦੀ, ਹੈ ਆਰੀਆ ਸਮਾਜੀ ਬੰਦਾ, ਸਿੱਖ ਨੀ ਗਾ, ਲਿਖਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜੀਵਨ ਆ, ਆਪਣਿਆਂ ਨੇ ਤੇ ਆਪਣਿਆਂ ਦੀ ਉਸਤਤ ਕਰਨੀ ਆ, ਆਪਾਂ ਸਿੱਖਿਆ, ਮਾਫ ਕਰਨਾ, ਮਾਂ ਤੇ ਕਹਿੰਦੀ ਆ ਵੀ ਪੁੱਤ ਤੇਰੇ ਨਾਨਕੇ ਬੜੇ ਚੰਗੇ ਆ, ਮਾਂ ਕਹਿੰਦੀ ਆ ਨਾ, ਮਾਂ ਆਪਣੇ ਨਿਆਣਿਆਂ ਨੂੰ ਕਹਿੰਦੀ ਤੁਹਾਡੇ ਨਾਨਕੇ ਜਿਹੜੇ ਆ ਨਾ ਉਹ ਬੜੇ ਚੰਗੇ ਆ, ਪਰ ਮਜ਼ਾ ਹੋਰ ਜ਼ਿਆਦਾ ਆਨੰਦ ਬਣ ਜਾਂਦਾ ਜਦੋਂ ਨਾਨਕਿਆਂ ਦੇ ਆਂਢੀ ਗੁਆਂਢੀ ਤੇ ਨਾਨਕੇ ਪਿੰਡ ਵਾਲੇ ਵੀ ਆਖਣ ਵੀ ਤੁਹਾਡੇ ਨਾਨਕੇ ਬੜੇ ਚੰਗੇ ਆ। ਸੁਣਿਆ ਬੇਨਤੀ ਹੋਣਾ। ਲਾਲਾ ਦੌਲਤ ਰਾਏ ਕਹਿੰਦਾ, ਕਹਿੰਦਾ ਜਿੱਦਣ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਤਿਹਾਸ ਲਿਖਣ ਲੱਗਾ, ਕਹਿੰਦਾ ਮੈਂ ਕਲਮ ਚੁੱਕੀ ਕਾਗਜ਼ ਲਿਆ, ਮੇਰੀ ਸੁਰਤ ਚਲ ਗਈ ਪੌਂਟਾ ਸਾਹਿਬ ਦੀ ਧਰਤੀ ਤੇ। ਪੌਂਟਾ ਸਾਹਿਬ 52 ਕਵੀ ਬੈਠੇ ਆ ਤੇ ਕਲਗੀਆਂ ਵਾਲਾ ਵਿਚਕਾਰ ਬੈਠਾ ਚੌਂਕੜਾ ਲਾ ਕੇ ਜਮਨਾ ਦੇ ਕਿਨਾਰੇ। ਉਹ ਕਹਿੰਦਾ ਮੈਂ ਆਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਵਰਗਾ ਕਵੀ ਇਸ ਦੁਨੀਆਂ ਤੇ ਕੋਈ ਨਹੀਂ ਗਾ, ਦਸ਼ਮੇਸ਼ ਪਿਤਾ ਵਰਗਾ ਕਾਵ ਰਚਨਾ ਕਰਨ ਵਾਲਾ ਇਸ ਧਰਤੀ ਤੇ ਦੂਜਾ ਕਵੀ ਅੱਜ ਤੱਕ ਮੈਂ ਪੈਦਾ ਹੋਇਆ ਹੀ ਨਹੀਂ ਸੁਣਿਆ ਤੇ ਨਾ ਕਦੀ ਵੇਖਿਆ। ਜਾਪ ਸਾਹਿਬ ਦੀ ਬਾਣੀ ਪੜ੍ਹਦੇ ਨੇ, ਇੱਕ ਹੀ ਦਲੀਲ ਦੇਣੀ ਮੈਂ ਸਿਰਫ, ਬਹੁਤੀਆਂ ਨਹੀਂ, ਕਿਉਂ ਆਪਣੇ ਸਮੇਂ ਚ ਰਹਿਣਾ। ਜਾਪ ਸਾਹਿਬ ਦਾ ਪਾਠ ਕਰਦੇ ਜੇ ਨਿਤਨੇਮ ਕਰਿਆ ਕਰੋ ਜ਼ਰੂਰ, ਨਿਤਨੇਮ ਤੋਂ ਕੋਈ ਛੋਟ ਨਹੀਂ, ਮਾਫ ਕਰਨਾ। ਜਾਪ ਸਾਹਿਬ ਦੀਆਂ ਕਿੰਨੀਆਂ ਪੌੜੀਆਂ, 199। ਜਾਪ ਸਾਹਿਬ ਦੀਆਂ 199 ਪੌੜੀਆਂ ਵਾ, ਉਹ ਗੁਰੂ ਕੇ ਸਿੱਖੋ ਕਦੇ ਸੋਚ ਕੇ ਵੇਖਿਓ, 199 ਪੌੜੀਆਂ ਵਿੱਚ ਕਲਗੀਧਰ ਪਾਤਸ਼ਾਹ ਜੀ ਨੇ ਪਰਮਾਤਮਾ ਦੇ 732 ਨਾਂ ਲੈ ਕੇ ਉਹਨੂੰ ਸੰਬੋਧਨ ਕੀਤਾ। ਜਾਪ ਸਾਹਿਬ ਚ, ਜਾਪ ਸਾਹਿਬ ਵਿੱਚ ਰੱਬ ਦੇ 732 ਨਾਂ, ਕਿਰਤਮ ਨਾਮ ਕਲਗੀਧਰ ਪਾਤਸ਼ਾਹ ਨੇ ਵਰਣਨ ਕੀਤੇ ਉਹਦੇ ਚ। ਕਿਸੇ ਕਾਵ ਰਚਨਾ ਚ ਮਿਲਦੀ ਤੁਹਾਨੂੰ ਇਹ ਗੱਲ, ਕਿਸੇ ਹੋਰ ਰਚਨਾ ਚ ਤੁਹਾਨੂੰ ਮਿਲਦੀ? ਰੱਬ ਦੀਆਂ ਬਾਤਾਂ ਜਦੋਂ ਪਾਈਆਂ, ਕਿਧਰੇ ਆ ਕੇ ਨਿਰਜ਼ਰ ਨਰੂਪ ਹੋ ਕੇ ਸੁੰਦਰ ਸਰੂਪ ਹੋ, ਭੂਪਨ ਕੇ ਭੂਪ ਹੋ ਕੇ ਦਾਤਾ ਮਹਾਦਾਨ, ਪ੍ਰਾਣ ਕੇ ਬਚਈਆ ਦੂਧ ਪੂਤ ਕੇ ਦਵਈਆ, ਰੋਗ ਸੋਗ ਕੇ ਮਟਈਆ ਕਿਦੋਂ ਮਾਨੀ ਮਹਾਮਾਨ। ਔਰ ਕਮਾਲ ਦੀ ਬਾਤ, ਉਹ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਕਹਿੰਦਾ ਮੈਂ ਤੱਕਿਆ, ਉਹ ਬਾਜਾਂ ਵਾਲਾ ਜਦੋਂ ਬਾਣੀ ਉਚਾਰਨ ਕਰਦਾ ਮੇਰਾ ਦਾਤਾ, ਉਹਦੇ ਜੈਸਾ ਕਵੀ ਇਸ ਦੁਨੀਆਂ ਤੇ ਕੋਈ ਨਹੀਂ। ਇਤਿਹਾਸ ਲਿਖਣਾ ਤੇ ਇੱਕ ਕਵੀ ਦਾ ਲਿਖ, ਭਾਵੇਂ ਇੱਕ ਪੱਖ ਵੇਖਿਆ ਉਹਨੇ ਵੀ ਉਹ ਕਵੀ ਆ। ਕਹਿੰਦਾ ਜਦੋਂ ਮੈਂ ਲਿਖਣ ਲੱਗਾ ਤੇ 2-3 ਵਰਕੇ ਅਜੇ ਲਿਖੇ, 2-3 ਪੇਜ, 2-3 ਪੱਤਰੇ ਮੈਂ ਅਜੇ ਲਿਖੇ, ਕਹਿੰਦਾ ਮੇਰਾ ਦਿਲ ਕਹਿੰਦਾ ਓਏ ਦੌਲਤ ਰਾਏ, ਗੁਰੂ ਗੋਬਿੰਦ ਸਿੰਘ ਕੱਲਾ ਕਵੀ ਨਹੀਂ ਹੂੰ, ਆਨੰਦਪੁਰ ਸਾਹਿਬ ਦੀ ਧਰਤੀ ਤੇ ਗਈ ਮੇਰੀ ਸੁਰਤ, ਆਨੰਦਪੁਰ ਸਾਹਿਬ ਦੀ ਧਰਤੀ ਤੇ ਗਿਆ ਮੇਰਾ ਧਿਆਨ, ਸੀਸ ਤੇ ਕਲਗੀ, ਸ਼ਾਹੀ ਬਾਜ, ਤਾਜ, ਪ੍ਰਸ਼ਾਦੀ ਹਾਥੀ, ਪੰਜ ਯਾਰ ਨਿਆਣਾ ਕਿੱਥੇ ਭਜਿਆ ਫਿਰਦਾ ਜੁੱਤੀ ਪਾ ਕੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਸ਼ਾਹੀ ਬਾਜ, ਸ਼ਾਹੀ ਤਾਜ, ਪ੍ਰਸ਼ਾਦੀ ਹਾਥੀ ਬੱਜਾ ਦਰਬਾਰ ਚ, ਪ੍ਰਸ਼ਾਦੀ ਹਾਥੀ ਦਰਬਾਰ ਚ ਬੱਜਾ, ਫੌਜਾਂ ਲਾਮ ਲਸ਼ਕਰ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਬਾਰ ਆ ਜਿਹੜਾ ਏਦਾਂ ਦਾ ਸਜਿਆ ਵਾ ਵੀ ਬਾਜਾਂ ਵਾਲੇ ਦੇ ਦਰਬਾਰ ਦੇ ਸਾਹਮਣੇ ਔਰੰਗਜ਼ੇਬ ਬਾਦਸ਼ਾਹ ਦਾ ਦਰਬਾਰ ਫਿੱਕਾ ਪੈ ਜਾਂਦਾ। ਕਹਿੰਦਾ ਫਿਰ ਮੈਂ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਇੱਕ ਸ਼ਹਿਨਸ਼ਾਹ, ਜੇ ਇਤਿਹਾਸ ਲਿਖਣਾ ਤੇ ਸ਼ਾਹ ਹੈ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਉਹ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ ਵਾ। ਕਹਿੰਦਾ ਜਦੋਂ ਕਲਗੀ ਲੱਜੀ ਲੱਗੀ ਬਾਜ, ਤਾਜ, ਹਾਥੀ, ਘੋੜੇ, ਫੌਜਾਂ ਸਭ ਕੁਝ ਤੱਕਿਆ ਲਾਮ ਲਸ਼ਕਰ, ਤੇ ਉਹ ਸ਼ਹਿਨਸ਼ਾਹਾਂ ਦਾ ਸ਼ਹਿਨਸ਼ਾਹ, ਕਹਿੰਦਾ ਮੇਰਾ ਦਿਲ ਕੀਤਾ ਉਹ ਸ਼ਹਿਨਸ਼ਾਹ ਦਾ ਲਿਖ ਇਤਿਹਾਸ। ਕਹਿੰਦਾ ਜਦੋਂ ਮੈਂ ਲਿਖਣ ਲੱਗਾ ਨਾ ਵੀ ਉਹਦੇ ਵਰਗਾ ਸ਼ਹਿਨਸ਼ਾਹ ਹੀ ਨਹੀਂ ਇਸ ਧਰਤੀ ਤੇ ਕੋਈ ਹੈਗਾ, ਇਤਿਹਾਸ ਸ਼ਹਿਨਸ਼ਾਹ ਦਾ ਲਿਖ,
ਕਹਿੰਦਾ ਅਜੇ ਇੱਕ ਵਰਕਾ ਵੀ ਮੈਂ ਪੂਰਾ ਨਹੀਂ ਗਾ ਲਿਖਿਆ ਤੇ ਮੇਰਾ ਧਿਆਨ ਚੜ ਗਿਆ ਮਾਛੀਵਾੜੇ ਦੇ ਜੰਗਲ ਚ। ਮਾਛੀਵਾੜੇ ਦੇ ਜੰਗਲ ਚ ਤੇ ਮੇਰੇ ਦਿਲ ਨੇ ਅੰਦਰੋਂ ਆਵਾਜ਼ ਦਿੱਤੀ, ਉਹ ਮਨਾ ਤੂੰ ਕਹਿੰਦਾ ਉਹ ਸ਼ਹਿਨਸ਼ਾਹ ਵਾ ਤੇ ਸ਼ਹਿਨਸ਼ਾਹ ਦੇ ਕੋਲ ਤੇ ਹਾਥੀ ਘੋੜੇ ਬਾਜ ਤਾਜ ਫੌਜਾਂ ਹਥਿਆਰ ਸ਼ਸਤਰ ਉਹਦੇ ਕੋਲ ਹੋਣੇ ਚਾਹੀਦੇ, ਇਹਦੇ ਸਿਰ ਦੇ ਥੱਲੇ ਤੇ ਸਰਾਣਾ ਵੀ ਨਹੀਂ ਹੈਗਾ। ਇਹ ਤੇ ਰਾਤ ਦੀ ਪਈ ਘਾਹ ਦੇ ਉੱਤੇ ਤਰੇਲ ਤੇ ਥੱਲੇ ਪਏ ਰੋਡ ਉਹਨਾਂ ਤੇ ਲੰਮਾ ਪਿਆ ਨੰਗੀ ਸ਼ਮਸ਼ੀਰ ਲੈ ਕੇ, ਤੂੰ ਕਹਿੰਦਾ ਇਹ ਸ਼ਹਿਨਸ਼ਾਹ ਵਾ। ਸ਼ਹਿਨਸ਼ਾਹ ਵਾਲੀਆਂ ਕੋਈ ਨਿਸ਼ਾਨੀਆਂ ਹੈਗੀਆਂ? ਨਾ ਸੀਸ ਤੇ ਕਲਗੀ, ਉਹ ਵੀ ਚਮਕੌਰ ਦੀ ਗੜੀ ਚਲਾ ਕੇ ਦੇ ਆਇਆ। ਕਹਿੰਦਾ ਚਲੋ ਫਿਰ ਥੱਕਿਆ ਟੁੱਟਿਆ ਮੁਸਾਫਰ ਹੀ ਸਹੀ। ਇਹ ਗੱਲ ਆਖਾਂ, ਜੰਗਲ ਦੁਨੀਆਂ ਵਿੱਚ ਹੋਰ ਵੀ ਬਹੁਤ ਵਾ। ਜੰਗਲ ਦੁਨੀਆਂ ਚ ਹੋਰ ਵੀ ਬੜੇ ਹੈਗੇ ਆ, ਪਰ ਜਦੋਂ ਕਿਤੇ ਕਿਸੇ ਦੇ ਚਰਨ ਪੈ ਕੇ ਜੰਗਲ ਪਵਿੱਤਰ ਹੋਏ ਦੀ ਗੱਲ ਆਖੋਗੇ, ਕਿਹੜਾ ਜੰਗਲ ਯਾਦ ਆਊਗਾ ਤੁਹਾਨੂੰ ਜਿਹਦਾ ਦਿਹਾੜਾ ਮਨਾ ਰਹੇ ਜੇ, ਜਿਹਦਾ ਦਿਨ ਮਨਾ ਰਹੇ ਆਪਾਂ? ਜੰਗਲ ਦੁਨੀਆਂ ਚ ਬਥੇਰੇ ਆ। ਜਾਂ ਤੇ ਤੁਹਾਨੂੰ ਜ਼ਿਕਰ ਮਿਲੂਗਾ ਮਾਛੀਵਾੜੇ ਦਾ ਜੰਗਲ, ਤੇ ਜੇ ਬਾਜਾਂ ਵਾਲੇ ਦੀ ਆਪਣੀ ਰਚਨਾ ਚ ਕੁਝ ਮਿਲੂਗਾ ਤੇ ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ। ਓ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਨੇੜੇ ਦਾ ਇਲਾਕਾ, ਬੇਨਤੀ ਸੁਣੀ ਜਾਇਓ। ਕਹਿੰਦਾ ਮੈਂ ਕਿਹਾ ਥੱਕਿਆ ਟੁੱਟਿਆ ਰਾਹੀ ਆ ਮੁਸਾਫਰ ਆ, ਇੱਕ ਮੁਸਾਫਰ ਦਾ ਲਿਖਦੇ ਇਤਿਹਾਸ। ਕਹਿੰਦਾ ਜਦੋਂ ਥੱਕੇ ਟੁੱਟੇ ਰਾਹੀ ਮੁਸਾਫਰ ਦਾ ਲਿਖਣ ਲੱਗਾ ਮਾਛੀਵਾੜੇ ਦੇ ਜੰਗਲਾਂ ਦਾ ਇਤਿਹਾਸ, ਤੇ ਕਹਿੰਦਾ ਮੇਰਾ ਮਨ ਕਹਿੰਦਾ ਓਏ ਮਨਾ ਇਹਦਾ ਪਾਟਾ ਚੋਲਾ ਇਹਦੇ ਪੈਰੀ ਜੋੜਾ ਨਹੀਂ ਹੈਗਾ, ਪੈਰਾਂ ਚੋਂ ਸਿੰਮ ਦਾ ਕੱਲਾ ਖੂਨ ਹੀ ਨਾ ਵੇਖ, ਇਹਦੇ ਵਰਗਾ ਦਾਤਾ ਕੋਈ ਨਹੀਂ ਹੋਏਗਾ, ਇਹ ਸਭ ਤੋਂ ਵੱਡਾ ਦਾਤਾ ਹੀ ਹੋ। ਇਹ ਦਰ ਤੇ ਆਏ ਨੂੰ ਵੀ ਕੋਈ ਝੋਲੀ ਅੱਡੇ ਤੇ ਖਾਲੀ ਨਹੀਂ ਉਹ ਜਾਣ ਦਿੰਦਾ, ਇਹ ਇਹੋ ਜਿਹਾ ਦਾਤਾ ਵਾ ਜਿਹਨੇ ਪੁੱਤ ਵੀ ਦਾਨ ਕਰ ਦਿੱਤੇ, ਸਰਬੰਸ ਦਾਨ ਕਰਤਾ ਵਾ, ਬੜਾ ਵੱਡਾ ਦਾਤਾ ਹੀ ਹੋਏ। ਕੱਲਾ ਮਾਛੀਵਾੜੇ ਦੇ ਜੰਗਲਾਂ ਚ ਲੰਮਾ ਪਿਆ ਨਾ ਵੇਖ। ਕਹਿੰਦਾ ਅੱਛਾ ਏਡਾ ਵੱਡਾ ਦਾਤਾ, ਇਹਦੇ ਦਰ ਤੋਂ ਕੋਈ ਖਾਲੀ ਨਹੀਂ ਜਾਂਦਾ, ਇਹਨੇ ਸਰਬੰਸ ਦਾਨ ਕਰਤਾ, ਪੁੱਤ ਦਾਨ ਕਰਤੇ ਇਹਨੇ, ਏਡਾ ਵੱਡਾ ਦਾਤਾ ਦਾਨੀ ਆ। ਕਹਿੰਦਾ ਮੈਂ ਕਿਹਾ ਚਲੋ ਦਾਤੇ ਦਾ ਇਤਿਹਾਸ ਲਿਖਦੇ ਨੇ, ਦਾਤਾ ਵਾਏ ਦਾਨੀ ਆ ਗੁਰੂ ਗੋਬਿੰਦ ਸਿੰਘ। ਕਹਿੰਦਾ ਜਦੋਂ ਮੈਂ ਉਹਨੂੰ ਦਾਨੀ ਲਿਖਣ ਲੱਗਾ ਨਾ, ਉਹਨੇ ਆਹ ਦਾਨ ਕੀਤਾ, ਉਹਨੇ ਆਹ ਦਾਨ ਕੀਤਾ, ਉਹਨੇ ਸਰਬੰਸ ਦਾਨ ਕੀਤਾ, ਉਹ ਕਹਿੰਦਾ ਮੇਰੇ ਦਿਲ ਚ ਆਇਆ। ਕਹਿੰਦਾ ਜਿਹੜਾ ਏਡਾ ਵੱਡਾ ਦਾਤਾ ਹੁੰਦਾ, ਏਡਾ ਵੱਡਾ ਦਾਨੀ ਹੁੰਦਾ, ਉਹ ਤੇ ਕਿਸੇ ਅੱਗੇ ਹੱਥ ਨਹੀਂ ਗਾ ਹਟਦਾ। ਕਹਿੰਦਾ ਮੇਰੀ ਸੁਰਤ ਚਲ ਗਈ ਆਨੰਦਪੁਰ ਸਾਹਿਬ, ਪਹਿਲਾਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦਾ ਤੇ ਮੁੜ ਕੇ ਪੰਜਾਂ ਅੱਗੇ ਹੱਥ ਜੋੜ ਕੇ ਤੇ ਗਲ ਪੱਲੂ ਪਾ ਕੇ ਤਰਲਾ ਲੈਣ ਡਿਆ ਉਹਨਾਂ ਅੱਗੇ। ਕੀ ਕਹਿੰਦਾ ਉਹਨਾਂ ਪੰਜਾਂ ਨੂੰ? ਮੋਹੇ ਬੇਨਤੀ ਪੰਚਨ ਆਗੇ, ਹਮ ਸੇਵਕ ਤੁਮ ਸਤਿਗੁਰ ਲਾਗੇ। ਮੈਂ ਸੇਵਕ ਹਾਂ ਤੇ ਤੁਸੀਂ ਜੇ ਮੇਰੇ ਸਤਿਗੁਰ, ਜਿਮ ਤੁਮ ਸਿਆਰ ਤੇ ਸਿੰਘ ਭਏ ਹੈ, ਜਿੱਦਾਂ ਤੁਸੀਂ ਗਿੱਦੜਾਂ ਤੋਂ ਸ਼ੇਰ ਬਣ ਗਏ ਜੇ, ਅੰਮ੍ਰਿਤ ਛਕ ਕੇ ਤਿਆਰ ਹੋਏ ਹੈ, ਤਿਮ ਮਮ ਦਾਸ ਪਰ ਕਿਰਪਾ ਕੀਜੈ। ਉਹਨਾਂ ਪੰਜਾਂ ਨੂੰ ਕਹਿੰਦਾ, ਕਹਿੰਦਾ ਮੇਰੇ ਦਾਸ ਤੇ ਵੀ ਕਿਰਪਾ ਕਰ ਦੇ। ਤਿਮ ਮਮ ਦਾਸ ਪਰ ਕਿਰਪਾ ਕੀਜੈ, ਖੰਡੇ ਕੀ ਪੌਲ ਦਾਸ ਕੋ ਦੀਜੈ। ਉਹ ਤੇ ਮੰਗਦਾ, ਤੇ ਜੇ ਉਹ ਪੰਜ ਕਹਿੰਦੇ ਆ ਨਾ ਅੱਛਾ ਅੰਮ੍ਰਿਤ ਛਕਣਾ ਹੀ ਹੋ, ਉਹ ਕਹਿੰਦਾ ਹਾਂ, ਉਹ ਕਹਿੰਦੇ ਟੇਕ ਗੋਡੇ। ਉਹ ਪੰਜਾਂ ਅੱਗੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਗੋਡੇ ਟੇਕ ਕੇ ਬੈਠਾ ਵਾ, ਤੇ ਹੱਥ ਦੇ ਉੱਤੇ ਏਦਾਂ ਰੱਖ ਕੇ ਨਾ ਹੱਥ, ਤੇ ਏਦਾਂ ਉਹਨੇ ਚੋਲਾ ਬਣਾਇਆ ਵਾ, ਤੇ ਉਹ ਪੰਜਾਂ ਦੇ ਵਿੱਚੋਂ ਜਿਹੜਾ ਭਾਈ ਦਇਆ ਸਿੰਘ ਵਾ ਨਾ, ਉਹ ਬਾਟੇ ਵਿੱਚੋਂ ਪਾਉਂਦਾ ਆਪਣੇ ਹੱਥ ਤੇ ਚੋਲਾ, ਤੇ ਜਦੋਂ ਬਾਜਾਂ ਵਾਲੇ ਦੇ ਹੱਥਾਂ ਤੇ ਪਾਉਂਦਾ ਵਾ, ਤੇ ਉਹ ਬਾਜਾਂ ਵਾਲੇ ਨੂੰ ਕਹਿੰਦਾ ਵਾ ਨਾਲੇ ਅੰਮ੍ਰਿਤ ਦਾ ਘੁੱਟ ਪੀ ਤੇ ਨਾਲੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਜਿਨ੍ਹਾਂ ਨੇ ਤੁਹਾਡੇ ਚੋਂ ਅੰਮ੍ਰਿਤ ਛਕਿਆ ਤੁਹਾਨੂੰ ਪਤਾ ਲੱਗ ਜੂਗਾ, ਏਦਾਂ ਹੀ ਉਹ ਸਿਖਾਉਂਦੇ ਆ। ਕਹਿੰਦਾ ਉਹ ਪੰਜ ਅੱਗੇ ਅੱਗੇ ਬੋਲਦੇ ਆ, ਉਹ ਪੰਜ ਅੱਗੇ ਅੱਗੇ ਕਹਿੰਦੇ ਬੋਲ ਵਾਹਿਗੁਰੂ ਜੀ ਕਾ ਖਾਲਸਾ, ਨਾਲੇ ਆ ਪੌਲ ਪੀ, ਆ ਅੰਮ੍ਰਿਤ ਦਾ ਘੁੱਟ ਪੀ ਤੇ ਨਾਲੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਉਹ ਪੰਜਾਂ ਦੇ ਮਗਰ ਮਗਰ ਬੋਲਦਾ ਵਾ, ਪਿੱਛੇ ਪਿੱਛੇ ਬੋਲਦਾ ਉਹਨਾਂ ਦੇ, ਤੇ ਗੁਰੂ ਤੇ ਅੱਗੇ ਅੱਗੇ ਬੋਲੇ ਤੇ ਸੇਵਕ ਮਗਰ ਮਗਰ ਬੋਲਣ।
ਪਹਿਲਾਂ ਉਹ ਬੁਲਾਉਂਦਾ ਸੀ ਉਹਨਾਂ ਨੂੰ, ਜਦੋਂ ਪਹਿਲਾਂ ਉਹਨੇ ਛਕਾਇਆ ਨਾ ਉਹਨਾਂ ਨੂੰ ਬੁਲਾਉਂਦਾ ਸੀ ਪੀ ਅੰਮ੍ਰਿਤ ਦਾ ਘੁੱਟ ਤੇ ਨਾਲੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਮੁੜ ਕੇ ਪੰਜਾਂ ਅੱਗੇ ਗੋਡੇ ਟੇਕ ਕੇ ਬਹਿ ਗਿਆ ਤੇ ਹੁਣ ਉਹਨਾਂ ਦੇ ਮਗਰ ਮਗਰ ਬੋਲਣ ਲੱਗ ਪਿਆ ਵਾ, ਕਹਿੰਦਾ ਤੂੰ ਗੁਰੂ ਆ ਕਿ ਤੂੰ ਚੇਲਾ ਵਾ, ਤੂੰ ਗੁਰੂ ਆ ਬਾਜਾਂ ਵਾਲਿਆ ਕਿ ਜਾਂ ਤੂੰ ਚੇਲਾ ਵਾ, ਤੂੰ ਦਾਤਾ ਵਾ ਕਿ ਜਾਂ ਪੰਜਾਂ ਦੇ ਅੱਗੇ ਮੰਗ ਕੇ ਲੈਣ ਵਾਲਾ ਤਰਲਾ ਲੈਣ ਵਾਲਾ ਵਾ, ਤੂੰ ਤੂੰ ਸ਼ਾਹੇ ਸ਼ਹਿਨਸ਼ਾਹ ਵਾ, ਤੂੰ ਸ਼ਾਹੇ ਸ਼ਹਿਨਸ਼ਾਹ ਕਿ ਜਾਂ ਮਾਛੀਵਾੜੇ ਦੇ ਜੰਗਲਾਂ ਵਿੱਚ ਨੰਗੇ ਚਰਨੀ ਤੇ ਪਾਟੇ ਚੋਲੇ ਨਾਲ ਕੂਕ ਸੁੱਤਾ ਜਿਵੇਂ ਕੋਈ ਕਰਜ਼ੇ ਲਾ ਕੇ ਸੁੱਤਾ ਹੋਵੇ, ਥੱਕਿਆ ਟੁੱਟਿਆ ਰਾਹੀ ਮੁਸਾਫਰ ਵਾ, ਕੀ ਤੂੰ ਤਲਵਾਰ ਦਾ ਧਨੀ ਆ, ਤੂੰ ਤੇਗ ਦਾ ਧਨੀ, ਤੂੰ ਤੀਰ ਅੰਦਾਜ਼ ਵਾ, ਤੂੰ ਮਹਾਨ ਜਥੇਦਾਰ ਆ ਕਿ ਜਾਂ ਤੂੰ ਕੌਮ ਦਾ ਆਗੂ ਤੇ ਆਰਗੇਨਾਈਜ਼ਰ ਆ, ਤੂੰ ਗੁਰੂ ਆ ਕਿ ਚੇਲਾ ਵਾ, ਤੂੰ ਮਹਾਨ ਘੋੜ ਸਵਾਰ ਆ ਕਿ ਦਾਤਾ, ਤੂੰ ਸ਼ਾਹੇ ਸ਼ਹਿਨਸ਼ਾਹ ਵਾ, ਜਾਂ ਤੂੰ ਇਸ ਧਰਤੀ ਤੇ ਤੁਰਿਆ ਫਿਰਦਾ ਸਾਕਸ਼ਾਤ ਪੰਜ ਭੂਤਕ ਸਰੀਰ ਲੈ ਕੇ ਤੁਰਿਆ ਫਿਰਦਾ ਇਸ ਧਰਤੀ ਦਾ ਖੁਦਾ ਅੱਲਾ ਭਗਵਾਨ ਤੇ ਸਾਡਾ ਰੱਬ ਆ, ਇਹ ਗੱਲ ਕੌਣ ਕਹਿ ਰਿਹਾ ਵਾ? ਇਹ ਬਾਤ ਤੇ ਸਮਝ ਆ ਗਈ ਜਿਹੜੀ ਮੈਂ ਸੁਣਾਈ ਹੈ? ਇਹ ਗੱਲ ਕਹਿ ਕੌਣ ਰਿਹਾ ਵਾ? ਆਰੀਆ ਸਮਾਜੀ ਬੰਦਾ ਲਾਲਾ ਦੌਲਤ ਰਹੇ, ਉਹ ਕਹਿੰਦਾ ਦਸ਼ਮੇਸ਼ ਜਦੋਂ ਮੈਂ ਤੇਰਾ ਜੀਵਨ ਪੜ੍ਹਨਾ ਵਾ, ਤੇਰੇ ਜੀਵਨ ਵਿੱਚੋਂ ਹੀ ਮੈਨੂੰ ਅੱਲਾ ਤੇ ਖੁਦਾ ਰੱਬ ਨਜ਼ਰ ਆਉਂਦਾ ਵਾ। ਸਮਾਂ ਮੇਰਾ ਸਮਾਪਤ ਆ, ਪਰ ਦੋ ਮਿੰਟ ਲੈ ਕੇ ਮੈਂ ਸਮਾਪਤੀ ਕਰ ਦੇਣੀ। ਉਹ ਦਸ਼ਮੇਸ਼ ਪਿਤਾ ਕਿਹੜੇ ਕਿਹੜੇ ਗੁਣ ਵਾ ਜਿਹੜੇ ਉਹਦੇ ਚ ਨਹੀਂ ਹੈਗੇ? ਤਮਾਮ ਗੁਣ ਰੱਬੀ ਗੁਣ, ਔਰ ਚੇਤੇ ਚ ਰੱਖਿਓ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਪਰ ਇੱਕ ਗੱਲ ਆਖਾਂ, ਸਰਬੰਸ ਲਟਾਉਣ ਦੀਆਂ ਅੱਜ ਬਾਤਾਂ ਤੇ ਪਾਉਂਦੇ ਜੇ, ਸਰਬੰਸ ਲਟਾਉਣ ਦੀਆਂ ਅੱਜ ਗੱਲਾਂ ਤੇ ਕਰਦੇ ਜੇ, ਦੂਰ ਦੁਰੇਡੇ ਘਰ ਤੱਕ ਕੁਝ ਨਾ ਕੁਝ ਨਾਲ ਲੈ ਕੇ ਜਾਇਓ, ਘਰਾਂ ਚ ਬੈਠੀਆਂ ਦੇਸ਼ ਪ੍ਰਦੇਸ਼ ਵਿੱਚ ਸੰਗਤਾਂ ਆ ਸੋਸ਼ਲ ਮੀਡੀਆ ਦੇ ਰਾਹੀਂ, ਸਾਧ ਸੰਗਤ ਭੁੱਲਰ ਟੀਵੀ ਅਤੇ ਨਿਰਵੈਰ ਟੀਵੀ ਦੇ ਗੁਰਮੁਖ ਪਿਆਰੇ ਜਿਹੜੇ ਲਾਈਵ ਪ੍ਰੋਗਰਾਮ ਕਰ ਰਹੇ ਸੰਗਤਾਂ ਘਰਾਂ ਚ ਬੈਠੀਆਂ, ਦੇਸ਼ ਪ੍ਰਦੇਸ਼ ਲਾਈਵ ਚੱਲ ਰਿਹਾ ਹੈ, ਦੁਨੀਆ ਸੁਣ ਰਹੀ ਆ, ਆ ਤੁਹਾਡੇ ਨਗਰ ਜਸੜ ਦੀਆਂ ਆ ਜਿਹੜੀਆਂ ਬਾਤਾਂ ਇੱਥੇ ਪੈ ਰਹੀਆਂ ਗੁਰੂ ਦੀਆਂ, ਦੇਸ਼ ਪ੍ਰਦੇਸ਼ ਚ ਜਾ ਰਹੀਆਂ ਸੋਸ਼ਲ ਮੀਡੀਆ ਤੇ, ਆ ਦੋ ਚੈਨਲ ਲੱਗੇ ਤੁਹਾਡੇ ਸਾਹਮਣੇ ਸਾਧ ਸੰਗਤ ਭੁੱਲਰ ਟੀਵੀ ਤੇ ਨਿਰਵੈਰ ਟੀਵੀ ਦੇ ਰਾਹੀਂ। ਪਰ ਮੇਰੀ ਬੇਨਤੀ ਸੁਣਿਓ, ਸਰਬੰਸ ਲਟਾਉਣ ਦੀਆਂ ਗੱਲਾਂ ਕਰਦੇ ਜੇ, ਪਰ ਇੱਕ ਗੱਲ ਧਿਆਨ ਨਾਲ ਸੁਣਿਓ, ਭਾਵੇਂ ਪ੍ਰਕਾਸ਼ ਦਿਹਾੜਾ ਮਨਾ ਰਹੇ ਜੇ ਤੁਸੀਂ, ਪਰ ਜੇ ਉਹਦੇ ਪੁੱਤਾਂ ਦੀ ਗੱਲ ਨਾ ਕਰੀਏ ਜੀ, ਇਹ ਮਾਫ ਕਰਿਓ ਮੇਰਾ ਸੁਭਾਅ, ਕਥਾ ਕਰਨ ਦਾ ਆਪਣਾ ਆਪਣਾ ਲਹਿਜਾ ਹੁੰਦਾ ਹਰ ਪ੍ਰਚਾਰਕ ਦਾ, ਪਰ ਦਸ਼ਮੇਸ਼ ਦਾ ਕੋਈ ਵੀ ਦਿਨ ਹੋਵੇ ਜਿੱਦਣ ਮੈਂ ਉਹਦੇ ਪੁੱਤਾਂ ਦੀ ਗੱਲ ਨਾ ਕਰਾਂ, ਭਾਵੇਂ ਦੋ ਮਿੰਟ ਦੀ ਹੋਵੇ, ਮੇਰੀ ਨੀ ਜੇ ਤਸੱਲੀ ਹੁੰਦੀ। ਆਖੋ ਸਤਨਾਮ ਸ਼੍ਰੀ ਸਰਬੰਸ ਦਾ ਨੀ ਜੂ ਹੈ, ਜਿਹੜਾ ਸਾਰਿਆਂ ਨਾਲੋਂ ਛੋਟਾ ਸਾਹਿਬਜ਼ਾਦਾ ਸੀ ਬਾਬਾ ਫਤਿਹ ਸਿੰਘ। ਆ ਗੁਰਮੁਖ ਪਿਆਰੇ ਢਾਡੀ ਸਿੰਘ ਆ ਗਏ, ਇਹਨਾਂ ਸ਼ਹਿਬਰਾਂ ਲਾਉਣੀਆਂ, ਤੇ ਜਿਹੜੀ ਮੈਂ ਤੁਹਾਨੂੰ ਦਲੀਲ ਦੇਣ ਲੱਗਾ, ਗਿਆਨੀ ਸੋਹਣ ਸਿੰਘ ਸੀਤਲ ਨੇ ਇੱਕ ਬਚਨ ਬੜਾ ਵਧੀਆ ਲਿਖਿਆ, ਬੜਾ ਪਿਆਰਾ, ਢਾਡੀ ਦੁਨੀਆਂ ਦਾ ਬਾਬਾ ਬੋਹੜ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦੋ ਦਾ ਸੀ, ਜਦੋਂ ਇਹਦੀ ਬਾਂ ਇਹਦੀ ਮਾਤਾ ਮਾਂ ਜੀਤੋ ਅਕਾਲ ਚਲਾਣਾ ਕਰ ਗਈ, ਜਿਸ ਨੂੰ ਆਪਾਂ ਮਾਤਾ ਜੀਤ ਕੌਰ ਵੀ ਕਹਿੰਦੇ ਹਾਂ, ਅਨੰਦਪੁਰ ਸਾਹਿਬ ਅਸਥਾਨ ਬਣਿਆ ਉਹਨਾਂ ਦਾ ਮਾਤਾ ਜੀਤੋ ਦਾ। ਦੋ ਸਾਲਾਂ ਦਾ ਪੁੱਤ ਛੱਡ ਕੇ ਸਾਹਿਬਜ਼ਾਦਾ ਫਤਿਹ ਸਿੰਘ ਮਾਂ ਅਕਾਲ ਚਲਾਣਾ ਕਰ ਗਈ, ਇਹਨੂੰ ਦਾਦੀ ਨੇ ਪਾਲਿਆ ਮਾਤਾ ਗੁਜਰ ਕੌਰ ਨੇ। ਜਦੋਂ ਪੰਜਾਂ ਕੁ ਸਾਲਾਂ ਦਾ ਹੋਇਆ ਨਾ, ਪੰਜ ਕੁ ਸਾਲ ਦਾ, ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਖੇਡਦਾ, ਆਨੰਦਗੜ੍ਹ ਕਿਲੇ ਦੇ ਅੰਦਰ ਬੱਚਿਆਂ ਦੇ ਨਾਲ, ਇੱਕ ਦਿਨ ਪਤਾ ਕੀ ਹੋਇਆ, ਸਾਰੇ ਬੱਚਿਆਂ ਨੂੰ ਛੱਡ ਕੇ ਨਾ ਖੇਡਦਾ ਖੇਡਦਾ ਭੱਜ ਕੇ ਆਇਆ, ਤੇ ਦਾਦੀ ਦੇ ਗਲ ਬਾਹਾਂ ਪਾ ਲਈਆਂ ਦਾਦੀ ਦੇ ਗਲ, ਤੇ ਕਹਿੰਦਾ ਦਾਦੀ ਜਿੰਨਿਆਂ ਬੱਚਿਆਂ ਨਾਲ ਮੈਂ ਖੇਡਦਾ ਸਾਰਿਆਂ ਬੱਚਿਆਂ ਦੀਆਂ ਮਾਵਾਂ ਨੇ, ਤੇ ਦਾਦੀ ਮੇਰੀ ਮਾਂ ਕਿੱਥੇ ਆ? ਤੇ ਮਾਂ ਗੁਜਰੀ ਕਹਿੰਦੀ ਫਤਿਹ ਸਿੰਘ ਪੁੱਤ ਫਤਿਹ ਆ ਵੇਖ ਮੈਂ ਆ ਤੇਰੀ ਮਾਂ। ਕਹਿੰਦਾ ਤੂੰ ਤੇ ਮੇਰੀ ਦਾਦੀ ਮਾਂ ਵਾ, ਆ ਜਿੰਨੇ ਬੱਚਿਆਂ ਨਾਲ ਮੈਂ ਖੇਡਦਾ ਨਾ ਇਹਨਾਂ ਦੀ ਦਾਦੀ ਮਾਂ ਵਾ, ਇੱਕ ਇਹਨਾਂ ਨੂੰ ਜਨਮ ਦੇਣ ਵਾਲੀ ਮਾਂ ਵਾ, ਤੇ ਤੂੰ ਤੇ ਮੇਰੀ ਦਾਦੀ ਮਾਂ ਵਾ, ਜੰਮਣ ਵਾਲੀ ਮਾਂ ਕਿੱਥੇ ਆ? ਘੁੱਟ ਕੇ ਦਾਦੀ ਨੇ ਗੱਲ ਨਾ ਲਾ ਲਿਆ ਤੇ ਮੱਥਾ ਚੁੰਮ ਕੇ ਪਤਾ ਕੀ ਕਹਿੰਦੀ, ਕਹਿੰਦੀ ਵੇ ਮੇਰੇ ਫਤਿਹ ਤੇਰੀ ਮਾਂ ਪੁੱਤ ਸੱਚਖੰਡ ਚਲ ਗਈ ਆ, ਤੇਰੀ ਮਾਂ ਸੱਚਖੰਡ ਚਲ ਗਈ ਆ,
ਇਹ ਕੀ ਕਹਿੰਦਾ? ਕਹਿੰਦਾ ਮੈਂ ਵੀ ਸੱਚਖੰਡ ਜਾਣਾ ਵਾ। ਦਾਦੀ ਨੂੰ ਕਹਿੰਦਾ, ਜਦੋਂ ਦਾਦੀ ਨੇ ਆਖਿਆ ਨਾ ਪੁੱਤ ਫਤਿਹ ਸਿੰਘ, ਪੁੱਤ ਤੇਰੀ ਮਾਂ ਸੱਚਖੰਡ ਚਲ ਗਈ, ਕਹਿੰਦਾ ਮੈਂ ਵੀ ਸੱਚਖੰਡ ਜਾਣਾ। ਤੇ ਦਾਦੀ ਘੁੱਟ ਕੇ ਗੱਲ ਨਾ ਲਾ ਕੇ ਪਤਾ ਕੀ ਕਹਿੰਦੀ? ਕਹਿੰਦੀ ਸੱਚਖੰਡ ਜਾਣਾ ਹੀ ਹੋ। ਕਹਿੰਦਾ ਮਾਂ ਤੂੰ, ਦਾਦੀ ਤੂੰ ਕਹਿ ਜੂਗਾ ਵੀ ਤੇਰੀ ਮਾਂ ਸੱਚਖੰਡ ਚਲ ਗਈ ਤੇ ਮੈਂ ਵੀ ਜਾਣਾ। ਇੱਕ ਗੱਲ ਉਹਨੇ ਦਾਦੀ ਨੇ ਪਤਾ ਕੀ ਆਖੀ? ਕਹਿੰਦੀ ਵੇ ਮੇਰੇ ਸੋਹਣੇ ਲਾਲ ਦੇ ਲਾਲ, ਵੇ ਮੇਰੇ ਸੋਹਣੇ ਫਤਿਹ ਸਿਆਂ, ਸੱਚਖੰਡ ਜਾਣ ਦੀਆਂ ਪੁੱਤ ਗੱਲਾਂ ਕਰਨਾ? ਕਹਿੰਦਾ ਹਾਂ ਦਾਦੀ। ਕਹਿੰਦੀ ਜਿੱਦਣ ਪੁੱਤ ਤੂੰ ਸੱਚਖੰਡ ਜਾਏਗਾ ਨਾ, ਤੂੰ ਇਕੱਲਾ ਸੱਚਖੰਡ ਨਹੀਂ ਜਾਏਗਾ, ਤੇਰੀ ਦਾਦੀ ਮਾਂ ਤੇਰੇ ਨਾਲ ਜਾਏਗੀ। ਨਾਲ ਜਾਊਂਗੀ ਮੈਂ ਤੇਰੇ। ਤੇਰਾ ਮੇਰਾ ਰਿਸ਼ਤਾ ਇਸ ਦੁਨੀਆਂ ਦਾ ਰਿਸ਼ਤਾ ਹੀ ਨਹੀਂ ਗਾ, ਤੇਰਾ ਮੇਰਾ ਰਿਸ਼ਤਾ ਨਿਰੰਕਾਰ ਦੀ ਦਰਗਾਹ ਤੱਕ ਦਾ ਰਿਸ਼ਤਾ। ਅੱਛਾ ਦਾਦੀ ਤੂੰ ਸੱਚਖੰਡ ਸਾਡੇ ਨਾਲ ਜਾਏਗੀ? ਉਹ ਕਹਿੰਦੀ ਹਾਂ। ਜਿੱਦਣ ਮੈਂ ਤੇਰੇ ਦਾਦੇ ਨੂੰ ਤੋਰਿਆ ਸੀ ਨਾ, ਵੇ ਮੇਰੇ ਫਤਿਹ ਸਿਆਂ, ਜਿਸ ਦਿਨ ਮੈਂ ਤੇਰੇ ਦਾਦੇ ਨੂੰ ਤੋਰਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ, ਅਜੇ ਤੇਰਾ ਬਾਪ ਉਦੋਂ 9 ਸਾਲਾਂ ਦਾ ਸੀ, ਅਜੇ ਗੋਬਿੰਦ 9 ਸਾਲਾਂ ਦਾ ਸੀ। ਤੇ ਜਿੱਦਣ ਮੈਂ ਤੇਰੇ ਦਾਦੇ ਨੂੰ ਤੋਰਿਆ ਪੁੱਤ ਫਤਿਹ ਸਿਆਂ, ਤੇਰਾ ਆਪਣਾ ਪਿਤਾ ਗੁਰੂ ਗੋਬਿੰਦ ਸਿੰਘ ਅਜੇ 9 ਸਾਲਾਂ ਦਾ ਸੀ, ਤੇ ਤੁਰਨ ਲੱਗਿਆ ਆਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ, ਫਤਿਹ ਸਿਆਂ ਤੇਰਾ ਦਾਦਾ ਮੈਨੂੰ ਕਹਿ ਗਿਆ ਸੀ ਕਿ ਗੁਜਰੀ ਜਿਵੇਂ ਅੱਜ ਸ਼ਹੀਦ ਹੋਣ ਵਾਸਤੇ ਖੁਸ਼ੀ ਖੁਸ਼ੀ ਆਪਣੇ ਸਿਰ ਦੇ ਸਾਈ ਨੂੰ ਤੋਰ ਰਹੀ ਆ ਨਾ, ਮੈਨੂੰ ਤੇਰਾ ਦਾਦਾ ਕਹਿ ਗਿਆ ਸੀ ਕਿ ਗੁਜਰੀ ਜਿੱਦਾਂ ਅੱਜ ਖੁਸ਼ੀ ਖੁਸ਼ੀ ਸ਼ਹੀਦ ਹੋਣ ਲਈ ਆਪਣੇ ਪਤੀ ਨੂੰ ਤੋਰਦੀ ਪਈ ਆ, ਪੋਤਰੇ ਵੀ ਤੂੰ ਹੀ ਤੋਰਨੇ, ਪੋਤੇ ਵੀ ਤੂੰ ਹੀ ਤੋਰਨੇ, ਅਜੇ ਤੇਰਾ ਆਪਣਾ ਬਾਪ ਉਦੋਂ 9 ਸਾਲਾਂ ਦਾ ਸੀ, ਕਿੰਨੇ ਸਾਲ ਮੈਂ ਉਡੀਕ ਰਹੀ ਹਾਂ, ਇਹ ਤੇਰਾ ਦਾਦਾ ਮੇਰੀ ਜ਼ਿੰਮੇਵਾਰੀ ਲਾ ਗਿਆ, ਲਾ ਸਕਦੇ ਜੇ ਕਰਜ਼ਾ? ਫਿਰ ਸਰਹੰਦ ਸ਼ਹੀਦ ਹੋਏ ਤੇ ਗਈ ਹੈ ਨਾ ਨਾਲ, ਸ਼ਹੀਦ ਹੋਈ ਦਾਦੀ ਨਾਲ। ਗੁਰੂ ਕੇ ਸਿੱਖੋ, ਕਲਗੀਧਰ ਪਾਤਸ਼ਾਹ ਦਾ ਦਿਹਾੜਾ ਮਨਾਉਣ ਵਾਲਿਆ, ਸਰਬੰਸ ਦਾਨੀ ਬਾਜਾਂ ਵਾਲਾ ਦਸ਼ਮੇਸ਼, ਜਿਹਨੇ ਸਰਬੰਸ ਲਟਾ ਕੇ ਤੈਨੂੰ ਆਖਿਆ ਸੀ ਮੈਂ ਤੇ ਚਾਰੇ ਦੇ ਚਾਰੇ ਆਪਣੇ ਦਿੱਤੇ ਲਟਾ, ਜਦੋਂ ਤੂੰ ਕਿਤੇ ਸਿੱਖਾ ਚੱਲ ਕੇ ਗੁਰਦੁਆਰੇ ਆਇਆ ਕਰੇ, ਜਿਹੜਾ ਰੱਬ ਨੇ ਤੈਨੂੰ ਪੁੱਤ ਦਿੱਤਾ ਵਾ, ਤੈਨੂੰ ਧੀ ਦਿੱਤੀ ਆ, ਤੈਨੂੰ ਕੋਈ ਪੋਤਾ ਪੋਤੀ ਰੱਬ ਨੇ ਦਿੱਤਾ, ਮੈਂ ਤੇ ਆਪਣੇ ਚਾਰੇ ਲਟਾ ਤੇ, ਜਦੋਂ ਤੂੰ ਆਪਣੇ ਬੱਚਿਆਂ ਨੂੰ ਗੁਰਦੁਆਰੇ ਸੰਗਤ ਵਿੱਚ ਲੈ ਕੇ ਆਇਆ ਕਰੇਗਾ, ਮੈਂ ਤੇਰੇ ਪੁੱਤ ਵਿੱਚੋਂ ਆਪਣਾ ਜੋਰਾਵਰ ਵੇਖ ਲਿਆ ਕਰਾਂਗਾ, ਮੈਂ ਤੇਰੇ ਪੁੱਤਾਂ ਵਿੱਚੋਂ ਆਪਣਾ ਫਤਿਹ ਵੇਖ ਲਿਆ ਕਰਾਂਗਾ, ਤੇ ਮੇਰਾ ਦਿਲ ਖੁਸ਼ ਹੋ ਜਾਇਆ ਕਰੂਗਾ। ਮੈਂ ਤੇਰੇ ਪੁੱਤਾਂ ਧੀਆਂ ਚੋਂ ਆਪਣਾ ਅਜੀਤ ਵੇਖਿਆ ਕਰੂੰਗਾ, ਮੈਂ ਤੇਰੇ ਪੁੱਤ ਧੀਆਂ ਚੋਂ ਆਪਣਾ ਜੁਝਾਰ ਸਿੰਘ ਤੱਕਿਆ ਕਰੂੰ, ਮੇਰਾ ਦਿਲ ਖੁਸ਼ ਹੋ ਜਾਇਆ ਕਰੂੰਗਾ। ਅੱਜ ਝਾਤ ਮਾਰੋ, ਤੁਹਾਡੇ ਪੁੱਤ ਪੋਤਿਆਂ ਚੋਂ ਬਾਜਾਂ ਵਾਲੇ ਦਾ ਅਜੀਤ ਦਿਸਦਾ ਵਾ ਕਿ ਨਹੀਂ ਦਿਸਦਾ? ਅੱਜ ਤੁਹਾਡੇ ਬੱਚਿਆਂ ਚੋਂ ਉਹਨੇ ਆਪਣਾ ਜੋਰਾਵਰ ਵੇਖਣਾ, ਉਹਨੇ ਜਦੋਂ ਤੂੰ ਗੁਰਦੁਆਰੇ ਆਉਣਾ ਸੰਗਤ ਚ ਆਉਣਾ, ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਮੇਰਾ ਬਾਜਾਂ ਵਾਲਾ ਤੈਨੂੰ ਕਹਿੰਦਾ ਵਾ, ਮੈਨੂੰ ਮਿਲਣ ਆਉਣ ਵਾਲਿਆ ਸਿੱਖਾ, ਦੱਸ ਮੇਰੇ ਜੋਰਾਵਰ ਨੂੰ ਨਾਲ ਲੈ ਕੇ ਆਇਆ ਕਿ ਨਹੀਂ ਆਇਆ, ਦੱਸ ਮੇਰਾ ਫਤਿਹ ਸਿੰਘ ਕਿੱਥੇ ਹੀ ਹੋ। ਇਸ ਲਈ ਗੁਰੂ ਕੇ ਸਿੱਖੋ, ਉਹਨੇ ਸਰਬੰਸ ਲਟਾਇਆ ਤੇ ਸਾਡੀ ਝੋਲੀ ਚ ਸਰਦਾਰੀਆਂ ਤੇ ਰਾਜ ਭਾਗ ਪਾਇਆ। ਅੱਜ ਕਲਗੀਧਰ ਦੇ ਪੁੱਤ ਧੀਆਂ ਬਣੀਏ, ਮਨ ਹਿਰਦੇ ਚ ਬਾਣੀ ਤਨ ਤੇ ਵਸਾਓ, ਗੁਰੂ ਦਾ ਦਿੱਤਾ ਬਾਣਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲੱਗੀਏ ਲਾੜ, ਬਾਣੀ ਬਾਣੇ ਦੇ ਧਾਰਨੀ ਹੋ ਕੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਬਣ ਜਾਈਏ। ਦਸ਼ਮੇਸ਼ ਪਿਤਾ ਦੇ ਪਾਵਨ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਮੁਬਾਰਕਬਾਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਰੋਮ ਰੋਮ ਕਰਕੇ ਸ਼ੁਕਰ ਹੈ, ਜਿਨ੍ਹਾਂ ਦੀ ਰਹਿਮਤ ਕਿਰਪਾ ਨਾਲ ਸਾਰੀਆਂ ਸੰਗਤਾਂ 'ਚ ਬੈਠ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਦਾ ਸੁਭਾਗ ਪ੍ਰਾਪਤ ਹੋਇਆ। ਸਾਰੀਆਂ ਸੰਗਤਾਂ ਦਾ ਧੰਨਵਾਦੀ, ਸਮੂਹ ਪ੍ਰਬੰਧਕਾਂ ਦਾ, ਸਮੂਹ ਨੌਜਵਾਨਾਂ ਦਾ, ਸਮੂਹ ਨਗਰ ਪੰਚਾਇਤ, ਸਾਰੇ ਜਿੰਨੇ ਵੀ ਤਨ ਮਨ ਧੰਨ ਕਰਕੇ ਸੇਵਾਵਾਂ ਨਿਭਾਉਣ ਵਾਲੇ ਜੀ, ਤੁਹਾਡੇ ਸਾਰਿਆਂ ਦੇ ਦਿੱਤੇ ਪਿਆਰ ਸਤਿਕਾਰ ਦਾ ਬਹੁਤ ਬਹੁਤ ਧੰਨਵਾਦ। ਭੁੱਲਰ ਟੀਵੀ ਚੈਨਲ, ਨਿਰਵੈਰ ਟੀਵੀ ਚੈਨਲ ਜੋ ਯੂਟਿਊਬ ਦੇ ਉੱਤੇ ਸੰਗਤਾਂ ਨੂੰ ਦੁਨੀਆਂ ਭਰ ਵਿੱਚ ਤੁਹਾਡੇ ਨਗਰ ਦਾ ਇਹ ਸਮਾਗਮ ਸਰਵਣ ਕਰਵਾ ਰਹੇ ਆ, ਤਿੰਨਾਂ ਦੇ ਦਿੱਤੇ ਪਿਆਰ ਸਤਿਕਾਰ ਦਾ ਧੰਨਵਾਦ। ਆਏ ਵਿਦਵਾਨ ਜਨਾਂ ਨੂੰ, ਆਏ ਗੁਰਮਤਿ ਪ੍ਰਚਾਰਕਾਂ ਨੂੰ ਤੇ ਢਾਡੀ ਜਥੇ ਨੂੰ ਦਾਸ ਵੱਲੋਂ ਜੀ ਆਇਆਂ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦੇ ਹੋਏ ਗੁਰਫਤਿਹ ਬੁਲਾਓ ਜੀ, ਸਟੇਜ ਸਕੱਤਰ ਸਾਫ ਮਾਫ਼ ਕਰਨਾ, ਸਟੇਜ ਦੀ ਸੇਵਾ ਬੜੇ ਸੁੰਦਰ ਤਰੀਕੇ ਨਾਲ ਗੁਰੂ ਪਿਆਰੇ ਜਿਹੜੇ ਨਿਭਾ ਰਹੇ ਆ, ਔਰ ਵਾਕਿਆ ਉਹਨਾਂ ਨੇ ਇੱਕ ਬਚਨ ਸਾਂਝਾ ਕੀਤਾ ਸੀ, ਇਹਨੇ ਮੈਂ ਪ੍ਰੋੜ ਤਾਂ ਕਰ ਰਿਹਾ ਕਿ ਪੁਸਤਕਾਂ ਵੀ ਉਹ ਕਹਿੰਦੇ ਪੜ੍ਹੀਆਂ, ਕਾਫੀ ਸਾਰੀਆਂ ਪੁਸਤਕਾਂ ਦੀ ਸੇਵਾ ਦਾਸ ਨੇ, ਦਾਸ ਦੇ ਕੋਲੋਂ ਸਤਿਗੁਰੂ ਪਾਤਸ਼ਾਹ ਨੇ ਲਈ ਹੈ। ਇਸ ਲਈ ਗੁਰੂ ਕਿਰਪਾ ਕਰੇ, ਸਤਿਗੁਰ ਰਹਿਮਤ ਕਰੇ, ਇਸੇ ਤਰ੍ਹਾਂ ਤੁਹਾਡੇ ਸੰਗਤਾਂ ਦੇ ਜੋੜੇ ਚੜ੍ਹਦੇ ਰਹੀਏ। ਸਤਿਗੁਰ ਪਾਤਸ਼ਾਹ ਦੀਆਂ ਰਹਿਮਤਾਂ ਨਾਲ ਆਪਾਂ ਸਾਰੇ ਮਿਲ ਕੇ
ਝੋਲੀਆਂ ਭਰਦੇ ਰਹੀਏ ਭੁੱਲਾਂ ਚੁੱਕਾਂ ਦੀ ਮਾਫ਼ੀ ਸਾਰੀਆਂ ਸੰਗਤਾਂ ਦਾ ਦਿੱਤੇ ਪਿਆਰ ਸਤਿਕਾਰ ਦਾ ਸਟੇ ਸਕੱਤਰ ਸਾਹਿਬ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।